ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਉਮੀਦ ਕਰਨਾ ਮੇਰੇ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ। ਦੋਸਤੋ ਮੁਬਾਰਕ ਹੋਵੇ, ਆਪਣੇ ਚੈਨਲ 'ਤੇ 85,000 ਸਬਸਕ੍ਰਾਈਬਰ ਪੂਰੇ ਹੋ ਚੁੱਕੇ ਨੇ ਅਤੇ ਬੜੀ ਖੁਸ਼ੀ ਹੋਈ। 1 ਲੱਖ ਹੋਣ ਦੇ ਵਿੱਚ 15,000 ਸਬਸਕ੍ਰਾਈਬਰ ਰਹਿ ਚੁੱਕਿਆ। ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ, ਚੈਨਲ ਨੂੰ ਵਿਜ਼ਿਟ ਵੀ ਕਰਿਆ ਕਰੋ। ਦੋਸਤੋ ਅੱਜ ਆਪਾਂ ਇੱਕ ਕਥਾ ਸੁਣਨੀ ਹੈ, ਗਿਆਨੀ ਸੰਤ ਸਿੰਘ ਮਸਕੀਨ ਜੀ ਦੀ। ਕਥਾ ਦਾ ਟਾਈਟਲ ਹੈ 16 ਕਲਾ ਸੰਪੂਰਨ ਕ੍ਰਿਸ਼ਨ ਜੀ। ਸਨਮਾਨਯੋਗ ਗੁਰੂ ਸਾਧ ਸੰਗਤ, ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂ ਜਿਉਂ ਮਨੁੱਖ ਦੀ ਸੁਰਤ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇ ਨੇੜੇ ਆਉਂਦੀ ਹੈ, ਤਿਉਂ ਤਿਉਂ ਉਸ ਦੇ ਅੰਦਰ ਕਲਾ ਦਾ ਜਨਮ ਹੁੰਦਾ ਹੈ, ਵਿਸ਼ੇਸ਼ ਕਲਾ ਦਾ। ਐਸਾ ਹੋ ਹੀ ਨਹੀਂ ਸਕਦਾ ਕਿ ਭਗਤ ਕਲਾਕਾਰ ਨਾ ਹੋਵੇ। ਕੁਛ ਨਾ ਕੁਛ ਕਲਾ ਦਾ ਲਾਜ਼ਮੀ ਜਨਮ ਹੋ ਜਾਂਦਾ ਹੈ। ਕਲਾ ਕਹਿੰਦੇ ਨੇ ਹੁਨਰ ਨੂੰ, ਇੱਕ ਖਾਸ ਤਰ੍ਹਾਂ ਦੀ ਵਿੱਦਿਆ ਗਿਆਨ ਨੂੰ। ਸਾਡੇ ਦੇਸ਼ ਹਿੰਦੁਸਤਾਨ ਦੀ ਪੁਰਾਣੀ ਪਰੰਪਰਾ ਇਹ ਹੀ ਰਹੀ ਹੈ ਕਿ ਕਿਸੇ ਮਹਾਂਪੁਰਸ਼ ਸਤਪੁਰਸ਼ ਨੂੰ ਵੇਖਣਾ ਹੈ ਤਾਂ ਇਸ ਨਿਗਾਹ ਨਾਲ ਵੇਖਣਾ ਹੈ ਕਿ ਉਹਦੇ 'ਚ ਕਲਾ ਕਿਤਨੀ ਹੈ, ਅਤੇ ਕਲਾ ਦੇ ਆਧਾਰ ਦੇ ਉੱਤੇ ਹੀ ਫੈਸਲੇ ਕੀਤੇ ਜਾਂਦੇ ਰਹੇ ਵੀ ਇਹ ਛੋਟਾ ਅਵਤਾਰ ਹੈ, ਇਹ ਵੱਡਾ ਅਵਤਾਰ ਹੈ। ਇਸ ਤਰੀਕੇ ਦੀਆਂ ਵਿਚਾਰਾਂ ਸਾਡੇ ਦੇਸ਼ ਵਿੱਚ ਪ੍ਰਚਲਿਤ ਸਨ। ਜੈਸੇ ਕਿ ਕਹਿੰਦੇ ਨੇ ਕਿ ਸ਼੍ਰੀ ਰਾਮ 14 ਕਲਾ ਰੱਖਦੇ ਨੇ। ਕਲਾ ਦਾ ਮਤਲਬ ਹੈ ਹੁਨਰ, ਅਤੇ ਸ਼੍ਰੀ ਕ੍ਰਿਸ਼ਨ 16 ਕਲਾ ਸੰਪੂਰਨ ਅਵਤਾਰ ਮੰਨਦੇ। 16 ਕਲਾ ਗੁਰਬਾਣੀ 'ਚ ਇੱਕ ਇਸ਼ਾਰਾ ਮਿਲਦਾ ਹੈ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਕਲਾ ਇੱਕ ਹੁਨਰ, ਇੱਕ ਖਾਸ ਤਰ੍ਹਾਂ ਦਾ ਗਿਆਨ, ਇੱਕ ਖਾਸ ਤਰ੍ਹਾਂ ਦੀ ਵਿੱਦਿਆ। ਕਹਿੰਦੇ ਨੇ ਕ੍ਰਿਸ਼ਨ ਜੀ ਦੇ ਅੰਦਰ 16 ਕਲਾ ਸਨ, 16 ਤਰ੍ਹਾਂ ਦੀ ਵਿੱਦਿਆ। ਉਹ ਅੱਛੇ ਸੰਗੀਤਕਾਰ ਸਨ, ਅੱਛੇ ਕਵੀ ਸਨ, ਮਹਾਂ ਨਿਰਤਕਾਰ ਸਨ, ਅੱਛੇ ਦਾਰਸ਼ਨਿਕ ਸਨ, ਫਿਰ ਵਾਕ ਸੱਤਿਆ ਵੀ ਉਹਨਾਂ ਦੇ ਕੋਲ ਸੀ, ਨੀਤੀ ਦੇ 'ਚ ਵੀ ਉਹ ਨਿਪੁੰਨ ਸਨ, ਰਾਜਨੀਤੀ ਦੇ 'ਚ, ਸ਼ਾਸਤਰਾਂ ਦੇ ਵੀ ਉਹ ਗਿਆਤੇ। ਗਿਣਤੀ ਕਰਦਿਆਂ ਕਰਦਿਆਂ ਹਿੰਦੁਸਤਾਨ ਦੇ ਵਿਦਵਾਨਾਂ ਨੇ ਗੱਲ ਇੱਥੇ ਮੁਕਾਈ ਵੀ ਇਹਨਾਂ ਦੇ ਅੰਦਰ 16 ਕਲਾ ਨੇ, 2 ਕਲਾ ਘੱਟ ਨੇ ਰਾਮ ਦੇ ਅੰਦਰ, ਉਹਦੇ ਅੰਦਰ 14 ਕਲਾ ਹੈ। ਸੰਗੀਤ ਅਤੇ ਨਿਰਤ ਰਾਮ ਦੀ ਜ਼ਿੰਦਗੀ ਵਿੱਚ ਨਹੀਂ ਪੁੱਟ ਸਕੇ ਕਿਉਂਕਿ ਉਹ ਮਰਿਆਦਾ ਦੇ ਦਾਇਰੇ ਵਿੱਚ ਰਹੇ ਨੇ। ਮੁਖਤਸਰ ਅਰਜ਼ ਇਹ ਕਰੀਏ ਕਿ ਜਿਉਂ ਜਿਉਂ ਮਨੁੱਖ ਦੀ ਸੁਰਤ ਪਰਮਾਤਮਾ ਦੇ ਨੇੜੇ ਜਾਵੇਗੀ, ਨਵੀਂ ਤੋਂ ਨਵੀਂ ਕਲਾ ਦਾ ਅੰਦਰੋਂ ਜਨਮ ਆਉਂਦਾ, ਅਤੇ ਸੰਸਾਰ ਵਿੱਚ ਜਿਤਨੀ ਕਲਾ ਹੈ ਇਹਨੂੰ ਪ੍ਰਗਟ ਕੀਤਾ ਹੈ ਭਗਤਾਂ ਨੇ, ਸੰਤਾਂ ਨੇ, ਅਵਤਾਰਾਂ ਨੇ, ਬਾਅਦ ਵਿੱਚ ਆਮ ਬੰਦਿਆਂ ਦੇ ਹੱਥ ਵਿੱਚ ਉਹ ਕਲਾ ਆਈ ਹੈ।
ਸੰਗੀਤ ਭਗਤਾਂ ਦੀ ਦੇਣ ਹੈ, ਕਵਿਤਾ ਅਵਤਾਰੀ ਪੁਰਸ਼ਾਂ ਦੀ ਦੇਣ ਹੈ, ਨਿਰਤ ਔਰ ਇਹ ਸੰਗ ਤਰਾਸ਼ੀ ਬੁੱਤ ਘੜਨੇ ਤਸਵੀਰਾਂ ਬਣਾਉਣੀਆਂ ਇਹ ਵੀ ਕਹਿੰਦੇ ਨੇ ਸੰਤਾਂ ਦੀ ਦੇਣ ਹੈ। ਕੁਛ ਨਾ ਕੁਛ ਕਲਾ ਦਾ ਪਰਮਾਤਮਾ ਦੇ ਨੇੜੇ ਜਾਣ ਨਾਲ ਜਨਮ ਹੋ ਜਾਂਦਾ ਹੈ। ਇਲੋਰਾ ਅਜੰਤਾ ਦੀਆਂ ਜਿਹੜੀਆਂ ਗੁਫਾਵਾਂ ਨੇ ਅਤੇ ਪਹਾੜਾਂ ਨੂੰ ਤਰਾਸ਼ ਕੇ ਜੋ ਮੂਰਤੀਆਂ ਬਣਾਈਆਂ ਨੇ ਇਹ ਬੌਧ ਭਿਕਸ਼ੂਆਂ ਨੇ ਬਣਾਈਆਂ ਨੇ, ਸਾਧੂਆਂ ਨੇ ਬਣਾਈਆਂ। ਸਾਧੂ ਦਾ ਮਤਲਬ ਹੈ ਉਸ ਦੇ ਅੰਦਰ ਕਿਸੇ ਨਾ ਕਿਸੇ ਕਲਾ ਦਾ ਜਨਮ ਹੋ ਗਿਆ, ਚਾਹੇ ਉਹ ਕਵਿਤਾ ਹੋਵੇ, ਸੰਗੀਤ ਹੋਵੇ, ਨ੍ਰਿਤ ਹੋਵੇ, ਸਾਹਿਤ ਹੋਵੇ, ਦਰਸ਼ਨ ਹੋਵੇ, ਨੀਤੀ ਹੋਵੇ ਜਾਂ ਸ਼ਾਸਤਰਾਂ ਦਾ ਗਿਆਨ ਹੋਵੇ। ਐਸਾ ਹੋ ਹੀ ਨਹੀਂ ਸਕਦਾ ਕਿ ਉਹਦੇ ਅੰਦਰ ਕਿਸੇ ਕਲਾ ਦਾ ਜਨਮ ਨਾ ਹੋਵੇ। ਰਵਿਦਾਸ ਜੈਸਾ ਪੁਰਸ਼ ਜੋ ਬਾਜ਼ਾਰ ਵਿੱਚ ਬੈਠ ਕੇ ਜੁੱਤੀਆਂ ਗੰਢਦਾ ਹੈ, ਸੁਰਤ ਰੱਬ ਦੇ ਨੇੜੇ ਗਈ, ਅੰਦਰੋਂ ਕਵਿਤਾ ਦਾ ਵੀ ਜਨਮ ਹੋਇਆ, ਸੰਗੀਤ ਦਾ ਜਨਮ ਵੀ ਹੋਇਆ। ਕਬੀਰ ਜੈਸਾ ਜੁਲਾਹਾ ਜਿਸਦਾ ਦਿਨ ਭਰ ਕੰਮ ਸੀ ਕੱਪੜੇ ਬੁਣਨਾ, ਸੁਰਤ ਰੱਬ ਦੇ ਨੇੜੇ ਗਈ ਤਾਂ ਅੰਦਰੋਂ ਹਰ ਤਰ੍ਹਾਂ ਦੀ ਕਲਾ ਦਾ ਜਨਮ ਹੋ ਗਿਆ। ਕਲਾ ਕਿਸੇ ਦੀ ਵਿਰਾਸਤ ਨਹੀਂ ਹੈ, ਜਿਸ ਦੀ ਸੁਰਤ ਰੱਬ ਦੇ ਨੇੜੇ ਜਾਏਗੀ ਕਲਾਕਾਰ ਬਣ ਜਾਏਗਾ। ਨਾਮਦੇਵ ਜੈਸਾ ਛੇਂਬਾ ਸੁਰਤ ਰੱਬ ਦੇ ਨੇੜੇ ਗਈ, ਅੰਦਰੋਂ ਕਵਿਤਾ ਅਤੇ ਸੰਗੀਤ ਦਾ ਜਨਮ ਹੋਇਆ, ਸ਼ਾਸਤਰ ਵਿੱਦਿਆ ਦਾ ਜਨਮ ਹੋਇਆ, ਨੀਤੀ ਨਿਪੁੰਨ ਵੀ ਉਹ ਬਣ ਗਏ। ਗਰਜ਼ ਕੇ ਐਸਾ ਹੋ ਹੀ ਨਹੀਂ ਸਕਦਾ ਕਿ ਭਗਤ ਕਲਾਕਾਰ ਨਾ ਹੋਵੇ, ਸੰਤ ਕਲਾਕਾਰ ਨਾ ਹੋਵੇ, ਜ਼ਰੂਰ ਹੋਵੇਗਾ। ਉਹਦੇ ਅੰਦਰੋਂ ਕਵਿਤਾ, ਸੰਗੀਤ, ਵਿਚਾਰ, ਫਿਲਸਫੇ ਦਾ ਜਨਮ ਹੋਵੇਗਾ। ਤੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਜਨਮਦਾਤੇ ਅਤੇ ਭਗਤ ਨੇ, ਬਾਅਦ ਵਿੱਚ ਆਮ ਸੰਸਾਰੀ ਲੋਕ ਉਸਨੂੰ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ, ਸੰਗੀਤ ਨੂੰ, ਕਵਿਤਾ ਨੂੰ, ਤਰ੍ਹਾਂ ਤਰ੍ਹਾਂ ਦੀ ਵਿੱਦਿਆ ਨੂੰ, ਫਿਲੋਸਫੀ ਨੂੰ, ਵਿਚਾਰਾਂ ਨੂੰ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ। ਸਭ ਕੁਛ ਇਹ ਭਗਤਾਂ ਦੇ ਅੰਦਰੋਂ ਫੁੱਟਿਆ ਸੀ ਅਤੇ ਸਭ ਤੋਂ ਪਹਿਲੇ ਜ਼ਮੀਨ ਦੇ ਉੱਤੇ ਕਲਾ ਨੂੰ ਜਨਮ ਦੇਣ ਵਾਲੇ ਭਗਤ ਨੇ। ਇਸ ਤੋਂ ਪਹਿਲੇ ਕੋਈ ਕਲਾ ਨਹੀਂ ਸੀ। ਸੰਗੀਤ ਦਾ, ਸੱਤ ਸੁਰਾਂ ਦਾ ਜਿਹੜਾ ਗਿਆਨ ਹੈ ਇਹ ਹਿੰਦੁਸਤਾਨ ਵਿੱਚ ਸ਼ਾਸਤਰਾਂ ਤੋਂ ਆਇਆ। ਇਸ ਵਾਸਤੇ ਜਿਹੜਾ ਇਹ ਪੁਰਾਣਾ ਪੱਕਾ ਰਾਗ ਇਹਨੂੰ ਸ਼ਾਸਤਰੀ ਸੰਗੀਤ ਕਹਿੰਦੇ ਨੇ। ਸ਼ਾਸਤਰੀ ਸੰਗੀਤ ਸ਼ਾਸਤਰਾਂ ਦੇ ਚੋਂ ਨਿਕਲੇ। ਫਿਰ ਜੜੀ ਬੂਟੀਆਂ ਦਾ ਜਿਤਨਾ ਗਿਆਨ ਹੈ ਇਹ ਫਕੀਰਾਂ ਦੀ ਦੇਣ ਹੈ, ਸੰਤਾਂ ਦੀ ਦੇਣ ਹੈ। ਧਨੰਤਰ ਜੈਸੇ ਰਿਸ਼ੀ ਨੇ ਮੇਘ ਵਿਨੋਦ ਗ੍ਰੰਥ ਲਿਖਿਆ, ਜੜੀ ਬੂਟੀਆਂ ਦਾ ਗਿਆਨ। ਜ਼ਿੰਦਗੀ ਦੇ ਹਰ ਪਹਿਲੂ ਦੀ ਕਲਾ ਮਨੁੱਖ ਦੇ ਅੰਦਰੋਂ ਫੁੱਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਜਿਹੜਾ ਜਿਤਨਾ ਗਹਿਰਾਈ ਵਿੱਚ ਚਲਾ ਜਾਂਦਾ ਹੈ ਉਤਨਾ ਹੀ ਵੱਡਾ ਕਲਾਕਾਰ ਬਣ ਜਾਂਦਾ ਹੈ, ਉਤਨੀ ਵੱਡੀ ਕਲਾ ਉਸ ਦੇ ਅੰਦਰ ਪੈਦਾ ਹੋ ਜਾਂਦੀ ਹੈ। ਬਾਅਦ ਵਿੱਚ ਆਮ ਜਗਤ ਦੇ ਲੋਕ ਉਸ ਕਲਾ ਨੂੰ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਤਰੀਕਾ ਇਹ ਵੀ ਹੈ ਬਾਹਰ ਤੋਂ ਅੰਦਰ ਜਾਣਾ, ਇੱਕ ਉਹ ਹੈ ਅੰਦਰ ਤੋਂ ਬਾਹਰ ਆਉਣਾ। ਕਰੀਬਨ ਕਰੀਬਨ ਜੋ ਅੰਦਰ ਤੋਂ ਬਾਹਰ ਆਉਣਾ ਹੈ ਇਹ ਕੁਦਰਤੀ ਹੈ, ਪ੍ਰਾਕਿਰਤਿਕ ਹੈ। ਜਿੰਨੀ ਬਨਸਪਤੀ ਹੈ ਜ਼ਮੀਨ ਦੇ ਅੰਦਰੋਂ ਫੁੱਟਦੀ ਹੈ, ਅੰਦਰ ਤੋਂ ਬਾਹਰ ਆਉਂਦੀ। ਕਲਾ ਸੰਗੀਤ ਜੋ ਅੰਦਰ ਤੋਂ ਬਾਹਰ ਆਈ ਉਹਦੀ ਜੜ੍ਹ ਹੋਵੇਗੀ, ਉਹਦੀ ਬੁਨਿਆਦ ਹੋਵੇਗੀ, ਪਰ ਜੋ ਬਾਹਰੋਂ ਅੰਦਰ ਜਾ ਰਹੀ ਉਹਦੀ ਬੁਨਿਆਦ ਨਹੀਂ ਹੁੰਦੀ, ਉਹਦੀ ਕੋਈ ਪੁਖਤਾ ਜੜ੍ਹਾਂ ਨਹੀਂ ਹੁੰਦੀਆਂ।
ਇਸ ਵਾਸਤੇ ਕਹਿੰਦੇ ਨੇ ਬਾਹਰ ਦੀ ਕਲਾ ਅਗਰ ਬਾਹਰੋਂ ਅੰਦਰ ਚਲੀ ਗਈ ਹੈ, ਬੇਚੈਨੀਆਂ ਦੂਰ ਨਹੀਂ ਕਰਦੀ, ਦੁੱਖ ਸੰਤਾਪ ਦੂਰ ਨਹੀਂ ਕਰਦੀ, ਬੇਜ਼ਾਰੀਆਂ ਨੂੰ ਦੂਰ ਨਹੀਂ ਕਰਦੀ। ਸੰਸਾਰ ਦੇ ਬੜੇ ਬੜੇ ਕਵੀ, ਸੰਗੀਤ ਸਮਰਾਟ ਪਰੇਸ਼ਾਨ ਅਤੇ ਬੇਜ਼ਾਰ ਰਹੇ, ਰਾਜਨੀਤਿਕ ਥੋੜ੍ਹੀ ਜਿਹਾ ਉਥਲ ਪੁਥਲ ਹੋ ਜਾਏ ਅਤੇ ਮੰਜੇ 'ਤੇ ਪੈ ਜਾਂਦੇ ਨੇ, ਦਿਲ ਨੂੰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ। ਪਰ ਨੀਤੀ ਦਾ, ਸ਼ਾਸਤਰ ਦਾ ਔਰ ਸੰਗੀਤ ਦਾ, ਕਵਿਤਾ ਦਾ, ਤਰ੍ਹਾਂ ਤਰ੍ਹਾਂ ਦੀ ਹੋਰ ਕਲਾ ਦਾ ਜਿਹੜਾ ਅੰਦਰੋਂ ਜਨਮ ਹੈ ਉਹਦੀ ਬੁਨਿਆਦ, ਕਿਉਂਕਿ ਅੰਦਰ ਤੋਂ ਬਾਹਰ ਆਉਣਾ ਇਹ ਪ੍ਰਾਕਿਰਤਿਕ ਨਿਯਮ ਹੈ, ਕੁਦਰਤ ਦਾ ਨਿਯਮ ਹੈ। ਤਮਾਮ ਵਸਤੂਆਂ ਦਾ ਜਨਮ ਅੰਦਰ ਤੋਂ ਬਾਹਰ ਹੈ, ਚਾਹੇ ਮਨੁੱਖ ਨੇ, ਜੀਵ ਨੇ, ਜੰਤੂ ਨੇ, ਕੀੜੇ ਨੇ, ਮਕੌੜੇ ਨੇ, ਬਨਸਪਤੀ ਹੈ, ਜਨਮ ਅੰਦਰ ਤੋਂ ਬਾਹਰ ਹੈ, ਬੁਨਿਆਦ ਅੰਦਰ ਹੈ। ਤੋ ਜਿਸ ਕਲਾ ਦੀ ਬੁਨਿਆਦ ਅੰਦਰ ਹੈ ਅਤੇ ਅੰਦਰ ਤੋਂ ਬਾਹਰ ਪ੍ਰਗਟ ਹੋ ਰਹੀ ਹੈ, ਸਮਝ ਲੈਣਾ ਚਾਹੀਦਾ ਹੈ ਕਿ ਬਹੁਤ ਪੁਖਤਾ ਬੁਨਿਆਦ ਹੈ ਇਸ ਦੀ, ਔਰ ਇਹ ਲਾਜ਼ਮੀ ਰੱਬ ਦੇ ਨੇੜੇ ਹੋਵੇਗਾ, ਪਰਮਾਤਮਾ ਦੇ ਨੇੜੇ ਹੋਵੇਗਾ। ਹੈਰਾਨਗੀ ਹੋ ਜਾਂਦੀ ਹੈ ਕਿ ਬਾਜ਼ਾਰ ਵਿੱਚ ਜੁੱਤੀਆਂ ਗੰਢਣ ਵਾਲਾ ਪੁਰਸ਼ ਜੁੱਤੀਆਂ ਗੰਢਦਿਆਂ ਗੰਢਦਿਆਂ ਕਵੀ ਬਣ ਗਿਆ, ਸੰਗੀਤਕਾਰ ਬਣ ਗਿਆ, ਅੰਦਰੋਂ ਜਨਮ ਹੋਇਆ ਰਵਿਦਾਸ ਤੇ। ਉਸ ਸ਼ਾਇਰੀ ਦਾ ਜਿਹਦੇ ਅਰਥ ਕਰਨ ਦੀ ਲੋੜ ਹੈ, ਉਸ ਸ਼ਾਇਰੀ ਦਾ ਜਿਸਦੇ ਬੜੇ ਬੜੇ ਪੰਡਿਤ ਅਰਥ ਕਰਦੇ ਨੇ, ਬੜੇ ਬੜੇ ਸਿਆਣੇ ਟੀਕਾ ਕਰਦੇ ਨੇ, ਸਮਝਣ ਦੀ ਕੋਸ਼ਿਸ਼ ਕਰਦੇ ਨੇ ਵੀ ਇਸ ਅਨਪੜ੍ਹ ਰਵਿਦਾਸ ਨੇ ਕੀ ਆਖਿਆ, ਬੜੇ ਬੜੇ ਪੜ੍ਹੇ ਲਿਖਿਆਂ ਦੇ ਦਿਮਾਗ ਚਕਰਾ ਜਾਂਦੇ। ਇਸ ਅਨਪੜ੍ਹ ਜੁਲਾਹੇ ਨੇ ਕੀ ਆਖਿਆ, ਬੜੇ ਬੜੇ ਪ੍ਰਿੰਸੀਪਲ ਅਤੇ ਪ੍ਰੋਫੈਸਰਾਂ ਦੇ ਦਿਮਾਗ ਚਕਰਾ ਜਾਂਦੇ। ਕਬੀਰ ਨੂੰ ਪੜ੍ਹ ਕੇ ਕਰੀਬਨ ਕਰੀਬਨ ਸੈਂਕੜੇ ਮਨੁੱਖਾਂ ਨੇ ਸਾਡੇ ਦੇਸ਼ ਵਿੱਚ PhD ਕੀਤੀ, ਔਰ ਕਬੀਰ ਨੂੰ ਅਜੇ ਵੀ ਸਮਝਣਾ ਕਿਸੇ ਹੱਦ ਤੱਕ ਸਮਰੱਥਾ ਤੋਂ ਪਰੇ ਦੀ ਗੱਲ ਹੈ। ਨਾਮਦੇਵ ਨੇ, ਬਾਬਾ ਫਰੀਦ ਨੇ, ਹੁਣ ਬੈਠਾ ਹੈ ਦਰਿਆ ਸਿੰਧ ਦੇ ਕੰਢੇ ਪਾਕ ਪਟਨ, ਨਮਾਜ਼ ਪੜ੍ਹ ਰਿਹਾ, ਬੰਦਗੀ ਕਰ ਰਿਹਾ, ਪਰ ਅੰਦਰੋਂ ਸੰਗੀਤ ਅਤੇ ਕਵਿਤਾ ਦਾ ਜਨਮ ਹੋ ਗਿਆ, ਕਲਾਕਾਰ ਬਣ ਜਾਂਦਾ ਹੈ। ਇੱਕ ਉਹ ਕਵੀ ਜੋ ਕਵਿਤਾ ਬਾਹਰੋਂ ਸਿੱਖਣ ਦੀ ਕੋਸ਼ਿਸ਼ ਪਿਆ ਕਰਦਾ ਹੈ, ਔਰ ਜਿਹੜਾ ਬਾਹਰੋਂ ਵੀ ਸਿੱਖਣ ਦੀ ਕੋਸ਼ਿਸ਼ ਕਰਦਾ ਹੈ, ਪ੍ਰਭਾਵਿਤ ਅਤੇ ਕਵਿਤਾ ਤੋਂ ਹੈ, ਕਲਾ ਤੋਂ ਹੈ, ਅਤੇ ਕਲਾ ਦੇ ਜਨਮਦਾਤੇ ਭਗਤ ਲੋਕ ਨੇ, ਅਤੇ ਫਿਰ ਚੂੰਕਿ ਕਲਾ ਦਾ ਪ੍ਰਭਾਵ ਪਿਆ ਤਾਂ ਸੁਰਤ ਨੂੰ ਕੋਈ ਅੰਦਰ ਨਾ ਕਰ ਸਕਿਆ ਅਤੇ ਫਿਰ ਬਾਹਰੋਂ ਸਿੱਖਣ ਦੀ ਕੋਸ਼ਿਸ਼ ਕੀਤੀ। ਇਸ ਵਾਸਤੇ ਆਪ ਹੈਰਾਨ ਹੋਵੋਗੇ, ਰਿਸ਼ੀ ਦੇ ਜਿਹੜੇ ਅਖਰੀ ਅਰਥ ਨੇ ਉਹ ਕਵੀ ਹੈ, ਰਿਸ਼ੀ ਇਹਦੇ ਅਖਰੀ ਅਰਥ ਕਵੀ ਨੇ, ਇਸ ਤੋਂ ਇਲਾਵਾ ਹੋਰ ਕੋਈ ਇਸਦੇ ਅਰਥ ਨਹੀਂ। ਰਿਸ਼ੀ, ਰਿਸ਼ੀ ਦੇ ਅਖਰੀ ਅਰਥ ਨੇ ਕਵੀ। ਰਿਸ਼ੀ ਦਾ ਬਹੁਤ ਵੱਡਾ ਸਨਮਾਨ ਹੈ, ਕਵੀ ਦਾ ਬਹੁਤ ਵੱਡਾ ਹਿੰਦੁਸਤਾਨ ਦੇ ਸਨਮਾਨ ਰਿਹਾ, ਜਿਹਨੇ ਪਰਮਾਤਮਾ ਨੂੰ ਸਮਝਿਆ ਅਤੇ ਉਸ ਸਮਝ ਨੂੰ ਅੰਦਰੋਂ ਅੱਖਰਾਂ ਦੇ ਰਾਹੀਂ, ਕਵਿਤਾ ਦੇ ਰਾਹੀਂ ਪ੍ਰਗਟ ਕੀਤਾ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਥਾਂ ਥਾਂ ਤੇ ਆਪਣੇ ਆਪ ਨੂੰ ਕਹਿੰਦੇ ਹੀ ਕਵੀ ਨੇ। ਚੌਪਈ ਤੁਸੀਂ ਪੜ੍ਹਦੇ ਨੇ, ਉੱਪਰ ਲਿਖਿਆ ਕਵਿਓ ਬਾਚ ਬੇਨਤੀ ਚੌਪਈ, ਕਵਿਓ ਬਾਚ ਕਵੀ ਦੇ ਬਚਨ। ਥਾਂ ਥਾਂ ਤੇ ਸਤਿਗੁਰੂ ਆਪਣੇ ਆਪ ਨੂੰ ਕਵੀ ਕਹਿੰਦੇ, ਮੈਂ ਇੱਕ ਕਵੀ ਹਾਂ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇੱਕ ਥਾਂ ਤੇ ਐਸਾ ਕਹਿੰਦੇ ਨੇ ਕਿ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰ। ਹੇ ਪਰਵਰਦਿਗਾਰ, ਇਹ ਜੋ ਕੁਛ ਕਹਿ ਰਿਹਾ ਇਹ ਨਾਨਕ ਸ਼ਾਇਰ ਕਹਿ ਰਿਹਾ, ਕਵੀ ਕਹਿ ਰਿਹਾ। ਪਾਤਸ਼ਾਹ ਆਪਣੇ ਆਪ ਨੂੰ ਕਵੀ ਕਹਿੰਦੇ ਨੇ। ਐਸਾ ਹੋ ਹੀ ਨਹੀਂ ਸਕਦਾ
ਕਿ ਜਿਹੜਾ ਰੱਬ ਨਾਲ ਜੁੜ ਜਾਵੇ ਅਤੇ ਉਹ ਕਵੀ ਨਾ ਹੋਵੇ, ਹੋ ਜਾਂਦਾ ਹੈ। ਉਹਦੇ ਅੱਖਰਾਂ ਦੀ ਤਰਤੀਬ ਆ ਜਾਂਦੀ ਹੈ। ਕਵਿਤਾ ਦਾ ਪਤਾ ਜਨਮ ਕਿਸ ਤਰ੍ਹਾਂ ਹੁੰਦਾ ਹੈ? ਅੱਖਰਾਂ ਨੂੰ ਤਰਤੀਬ ਮਿਲ ਜਾਏ ਅਤੇ ਕਵਿਤਾ ਦਾ ਜਨਮ, ਆਵਾਜ਼ ਨੂੰ ਤਰਤੀਬ ਮਿਲ ਜਾਏ ਤਾਂ ਸੰਗੀਤ ਦਾ ਜਨਮ, ਵਿਚਾਰਾਂ ਨੂੰ ਤਰਤੀਬ ਮਿਲ ਜਾਏ ਤਾਂ ਫਿਲਸਫੇ ਦਾ ਜਨਮ, ਗਹਿਰਾਈਆਂ ਦਾ ਜਨਮ ਹੋ ਜਾਂਦਾ ਹੈ। ਪਰ ਇਹ ਸਭ ਕੁਝ ਤਾਂ ਆਉਂਦਾ ਹੈ ਜਦ ਮਨੁੱਖ ਦੀ ਸੁਰਤ ਪਰਮਾਤਮਾ ਦੇ ਨੇੜੇ ਜਾਂਦੀ ਹੈ, ਕਿਉਂਕਿ ਪਰਮਾਤਮਾ ਇੱਕ ਕਲਾ ਦਾ ਗਿਆਨੀ ਨਹੀਂ। ਸਾਹਿਬ ਕਹਿੰਦੇ ਨੇ, ਤੂੰ ਸਰਬ ਕਲਾ ਕਾ ਗਿਆਤਾ, ਇਹ ਅਕਾਲ ਪੁਰਖ, ਤੂੰ ਹਰ ਕਲਾ ਦਾ ਗਿਆਨੀ ਹੈ, ਤੇਰੇ ਕੋਲ ਹਰ ਤਰ੍ਹਾਂ ਦੀ ਕਲਾ ਹੈ, ਅਤੇ ਜਿਹੜਾ ਤੇਰੇ ਨੇੜੇ ਆਵੇਗਾ ਹੋ ਹੀ ਨਹੀਂ ਸਕਦਾ ਉਹ ਕਲਾਕਾਰ ਨਾ ਬਣੇ, ਉਹ ਕਲਾਕਾਰ ਬਣ ਜਾਏਗਾ। ਇਸ ਵਾਸਤੇ ਕਹਿੰਦੇ ਰਹੇ ਭਾਰਤ ਦੇ ਵਾਸੀ, ਬਈ 16 ਕਲਾ ਹੈਗੀਆਂ ਨੇ ਕ੍ਰਿਸ਼ਨ ਕੋਲ, 14 ਕਲਾ ਹੈਗੀਆਂ ਨੇ ਸ਼੍ਰੀ ਰਾਮ ਕੋਲ, ਅਤੇ ਗੁਰਬਾਣੀ ਇਸ਼ਾਰਾ ਕਰਦੀ ਹੈ 16 ਕਲਾ ਸੰਪੂਰਨ ਭਰਿਆ, ਅਨੰਤ ਕਲਾ ਹੋਏ ਠਾਕਰ ਚੜਿਆ, ਇੱਕ ਬੇਸ਼ੁਮਾਰ ਕਲਾ ਲੈ ਕੇ ਆਇਆ। ਗੁਰੂ ਨਾਨਕ ਦੀ ਤਰਫ ਇਸ਼ਾਰਾ, ਠਾਕਰ ਆਇਆ। ਭਗਤ ਕਲਾਕਾਰ ਹੋਵੇਗਾ, ਗੁਰੂ ਕਲਾਕਾਰ ਹੋਵੇਗਾ, ਸੰਤ ਰਿਸ਼ੀ ਕਲਾਕਾਰ ਹੋਵੇਗਾ, ਔਰ ਉਹਦੇ ਅੰਦਰੋਂ ਤਰ੍ਹਾਂ ਤਰ੍ਹਾਂ ਦੀ ਕਲਾ ਦਾ ਜਿਹੜਾ ਹੈ ਉਹ ਜਨਮ ਹੋਵੇ। ਕਲਾ ਉਦੋਂ ਅੰਦਰੋਂ ਜਨਮ ਲੈਂਦੀ ਹੈ ਜਦ ਹਿਰਦਾ ਬਹੁਤ ਕੋਮਲ ਹੋ ਜਾਏ, ਬਹੁਤ ਕੋਮਲ ਹੋ ਜਾਏ। ਜਿਸ ਤਰ੍ਹਾਂ ਪਥਰੇਲੀ ਧਰਤੀ ਵਿੱਚ ਫੁੱਲ ਨਹੀਂ ਫੁੱਲਦੇ, ਫੁੱਲਾਂ ਦੇ ਬੂਟੇ ਨਹੀਂ ਲੱਗਦੇ, ਪੱਥਰ ਦੇ ਥੋੜ੍ਹੀ ਉਗਾ ਸਕੋਗੇ ਤੁਸੀਂ ਗੁਲਾਬ, ਚਮੇਲੀ ਹੈ, ਗੇਂਦਾ ਹੈ, ਪੱਥਰਾਂ ਵਿੱਚ ਨਹੀਂ ਉਗਾਇਆ ਜਾ ਸਕਦਾ, ਕੋਮਲ ਜ਼ਮੀਨ ਚਾਹੀਦੀ ਹੈ। ਤੋ ਕਲਾ ਦਾ ਜਨਮ, ਕੋਮਲ ਹੁਨਰਾਂ ਦਾ ਜਨਮ ਜਦ ਹਿਰਦਾ ਕੋਮਲ ਹੁੰਦਾ ਹੈ ਉਦੋਂ ਹੀ ਪੈਦਾ ਹੁੰਦੇ ਨੇ, ਉਸ ਤੋਂ ਪਹਿਲੇ ਨੇ। ਅਗਰ ਬਾਹਰੋਂ ਕਿਸੇ ਨੇ ਸੰਗੀਤ ਅਤੇ ਕਵਿਤਾ ਸਿੱਖ ਵੀ ਲਈ ਹੈ ਤਾਂ ਖਿਮਾ ਕਰਨੀ, ਉਹ ਕਾਗਜ਼ੀ ਫੁੱਲਾਂ ਤੋਂ ਜ਼ਿਆਦਾ ਕੁਛ ਨਹੀਂ ਹੈ। ਪਲਾਸਟਿਕ ਦੇ ਫੁੱਲ, ਇਹ ਵੀ ਬੜੇ ਖੂਬਸੂਰਤ ਲੱਗਦੇ ਨੇ, ਬਹੁਤ ਜਿੰਦ ਜਾਨ ਕੋਈ ਨਹੀਂ, ਅਤੇ ਮੈਂ ਸਮਝਦਾ ਅਸਲੀ ਫੁੱਲਾਂ ਨਾਲੋਂ ਇਹ ਜ਼ਿਆਦਾ ਦਿਨ ਰਹਿੰਦੇ ਨੇ, ਚਮਕ ਦਮਕ ਇਹਨਾਂ ਦੀ ਬਹੁਤ ਰਹਿੰਦੀ ਹੈ, ਇਸ ਵਾਸਤੇ ਇਹਨਾਂ ਦੀ ਬੜੀ ਲੋੜ ਹੈ। ਪਰ ਕੌਣ ਹੁਣ ਤਾਜ਼ੇ ਫੁੱਲ ਲਿਆਵੇ, ਉਹਨਾਂ ਦੇ ਜਿੰਦ ਜਾਨ ਹੈ ਤਾਂ ਮੁਰਝਾ ਜਾਂਦੇ ਨੇ, ਕਿਉਂਕਿ ਜਿੱਥੇ ਜੀਵਨ ਹੈ ਉੱਥੇ ਮੌਤ ਹੈ, ਅਤੇ ਜਿੱਥੇ ਮੌਤ ਹੈ ਸਪਸ਼ਟ ਹੈ ਉੱਥੇ ਜ਼ਿੰਦਗੀ ਜ਼ਰੂਰ ਹੈ, ਜਿੱਥੇ ਮੌਤ ਹੀ ਨਹੀਂ ਉੱਥੇ ਜ਼ਿੰਦਗੀ ਕੋਈ ਨਹੀਂ, ਜੀਵਨ ਹੀ ਕੋਈ ਨਹੀਂ, ਅਤੇ ਜਿੱਥੇ ਜੀਵਨ ਹੀ ਨਹੀਂ ਉੱਥੋਂ ਜੀਵਨ ਕੀ ਮਿਲਣਾ, ਉੱਥੋਂ ਜ਼ਿੰਦਗੀ ਕੀ ਮਿਲਣੀ ਹੈ। ਤੋ ਸਹਿਜੇ ਸਹਿਜੇ ਜਿਉਂ ਬੰਦੇ ਦੀ ਜ਼ਿੰਦਗੀ ਕਿਸੇ ਹੱਦ ਤੱਕ ਕਾਗਜ਼ੀ ਫੁੱਲਾਂ ਜੈਸੀ ਆਉਂਦੀ ਜਾ ਰਹੀ ਹੈ, ਧਰਮ ਮੰਦਰਾਂ ਦੇ ਵਿੱਚ ਵੀ ਕਾਗਜ਼ੀ ਫੁੱਲ ਛਾ ਗਏ, ਪਲਾਸਟਿਕ ਦੇ ਫੁੱਲ ਛਾ ਗਏ। ਇਸ ਗੱਲ ਦਾ ਪ੍ਰਤੀਕ ਹੈ ਬੰਦਾ ਬਿਲਕੁਲ ਅੰਦਰੋਂ ਕਲਾ ਤੋਂ ਰਹਿਤ ਹੋ ਗਏ। ਖੈਰ ਮੁਖਤਸਰ ਕਰੀਏ, ਸੁੰਦਰ ਮਹਾਨ ਫੁੱਲ ਜਿਹੜੇ ਨੇ ਕੋਮਲ ਜ਼ਮੀਨ ਦੇ ਵਿੱਚ ਪੈਦਾ ਹੁੰਦੇ ਨੇ, ਪਥਰੇਲੀ ਧਰਤੀ ਦੇ ਵਿੱਚ ਨਹੀਂ। ਕਲਾ ਦਾ ਜਨਮ ਕੋਮਲ ਹਿਰਦਿਆਂ ਦੇ ਵਿੱਚ ਆਉਂਦਾ, ਕਠੋਰ ਹਿਰਦਿਆਂ ਦੇ ਵਿੱਚੋਂ ਨਹੀਂ। ਕਠੋਰ ਹਿਰਦੇ ਦੇ ਵਿੱਚੋਂ ਕਲਾ ਦਾ ਜਨਮ ਨਹੀਂ ਹੋ ਸਕਦਾ ਕੋਮਲ ਦਾ। ਅਤੇ ਜਿਸ ਤਰ੍ਹਾਂ ਜ਼ਮੀਨ ਨੂੰ ਕੋਮਲ ਕਰਨ ਵਾਸਤੇ ਹਲ ਚਲਾਉਣਾ ਪੈਂਦਾ, ਬਾਰ ਬਾਰ ਹਲ ਚਲਾਉਣਾ ਪੈਂਦਾ, ਸੁਹਾਗਾ ਫੇਰਨਾ ਪੈਂਦਾ, ਪਾਣੀ ਦੇਣਾ ਪੈਂਦਾ, ਬੜਾ ਕੁਛ ਕਰਨਾ ਪੈਂਦਾ, ਹਿਰਦਾ ਕੋਮਲ ਹੋ ਸਕੇ ਸਿਮਰਨ ਕਰਨਾ ਪੈਂਦਾ, ਸੇਵਾ ਕਰਨੀ ਪੈਂਦੀ ਹੈ, ਹੋਰ ਤਰ੍ਹਾਂ ਤਰ੍ਹਾਂ ਦੇ ਪੁੰਨ ਕਰਨੇ ਪੈਂਦੇ ਨੇ, ਜਦ ਜਾ ਕੇ ਜ਼ਮੀਨ ਹਿਰਦਾ ਕੋਮਲ ਹੁੰਦਾ ਹੈ, ਫਿਰ ਇਹਦੇ ਅੰਦਰ ਉਹ ਕਲਾ ਦੇ ਫੁੱਲ ਫੁੱਟਦੇ ਨੇ, ਕਲਾ ਦੇ ਬੂਟੇ ਫੁੱਟਦੇ ਨੇ, ਤਰ੍ਹਾਂ ਤਰ੍ਹਾਂ ਦੀ ਕਲਾ ਦਾ ਜਨਮ ਹੁੰਦਾ।
ਔਰ ਸੰਸਾਰ ਦਾ ਇਤਿਹਾਸ ਭਰਿਆ ਪਿਆ। ਜਦ ਵੀ ਕਿਸੇ ਦੀ ਸੁਰਤ ਰੱਬ ਦੇ ਨੇੜੇ ਗਈ, ਉਹ ਕਵੀ ਬਣ ਗਿਆ, ਦਾਰਸ਼ਨਿਕ ਬਣ ਗਿਆ, ਫਿਲੋਸਫਰ ਬਣ ਗਿਆ, ਸੰਗੀਤਕਾਰ ਬਣ ਗਿਆ, ਵਿਚਾਰਕ ਬਣ ਗਿਆ, ਨੀਤੀ ਨਿਪੁੰਨ ਬਣ ਗਿਆ, ਜਾਂ ਹੋਰ ਕੁਛ ਦੈਵੀ ਕਲਾ ਉਸਨੂੰ ਮਿਲ ਗਈ, ਜਿਸ ਨੂੰ ਰਿੱਧੀ ਤੇ ਸਿੱਧੀ ਕਹਿੰਦੇ ਨੇ, ਇਹ ਵੀ ਇੱਕ ਕਲਾ ਹੈ। ਕਿਸੇ ਕੋਲ ਰਿੱਧ ਹੋਵੇ, ਸਿੱਧ ਹੋਵੇ, ਕਲਾ ਹੈ, ਹੁਨਰ ਹੈ, ਇਹ ਵੀ ਇੱਕ ਕਲਾ ਹੈ। ਹਰ ਬੰਦੇ ਕੋਲ ਨਹੀਂ ਹੁੰਦੀ। ਗੁਪਤ ਹੋ ਜਾਏ, ਪ੍ਰਗਟ ਹੋ ਜਾਏ, ਸੂਕਸ਼ਮ ਹੋ ਜਾਏ, ਸਥੂਲ ਹੋ ਜਾਏ, ਇਹ ਵੀ ਇੱਕ ਕਲਾ ਹੈ। ਤੋ ਅਨੰਤ ਕਲਾ ਹੋਏ ਠਾਕਰ ਚੜਿਆ, ਅਨੰਤ ਕਲਾ ਲੈ ਕੇ ਠਾਕਰ ਆਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਰਫ ਇਸ਼ਾਰਾ। ਤੇ ਕਲਾ ਦਾ ਜਨਮ ਅਤਿ ਕੋਮਲ ਹਿਰਦਿਆਂ ਦੇ ਛਾਉਂਦਾ। ਸਾਹਿਬ ਕਹਿੰਦੇ, ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਜਿਸ ਦੀ ਆਤਮਾ ਦਰਵੀ ਨਹੀਂ, ਹਿਰਦਾ ਕੋਮਲ ਹੀ ਨਹੀਂ ਹੋਇਆ, ਇਹ ਬੰਦਾ ਰੱਬ ਦੇ ਨੇੜੇ ਕਿਸ ਤਰ੍ਹਾਂ ਜਾ ਸਕਦਾ ਹੈ? ਇੱਥੇ ਸ਼ੁਭ ਗੁਣਾਂ ਦੇ ਫੁੱਲ ਕਿਸ ਤਰ੍ਹਾਂ ਫੁੱਟਣਗੇ? ਨਹੀਂ। ਤੋ ਭਗਤ ਦੀ ਇਹ ਪਹਿਚਾਣ ਆਉਂਦੀ ਹੈ, ਹਿਰਦਾ ਅਤਿ ਕੋਮਲ। ਤੇ ਜਦ ਹਿਰਦਾ ਅਤਿ ਕੋਮਲ ਹੈ, ਤੋ ਬਚਨ ਅਤਿ ਕੋਮਲ, ਬਚਨਾਂ ਵਿੱਚ ਕਠੋਰਤਾ ਨਹੀਂ ਹੁੰਦੀ, ਕਿਉਂਕਿ ਹਿਰਦਾ ਕਠੋਰ ਹੈ, ਤਾਂ ਹੀ ਬਚਨ ਫਿੱਕੇ ਨੇ। ਹਿਰਦਾ ਕੋਮਲ ਹੈ, ਤੋ ਬਚਨਾਂ ਵਿੱਚ ਬੜੀ ਕੋਮਲਤਾ ਆ ਜਾਂਦੀ, ਬੜੀ ਕੋਮਲਤਾ ਆ ਜਾਂਦੀ। ਇਸ ਵਾਸਤੇ ਬਾਬਾ ਫਰੀਦ ਤੇ ਉਪਦੇਸ਼ ਦਿੰਦੇ ਨੇ, ਇੱਕ ਫਿੱਕਾ ਨਾ ਗਲਾਏ ਸਬਨਾਮੇ ਸੱਚਾ ਧਣੀ। ਕੋਸ਼ਿਸ਼ ਕਰ ਫਿੱਕਾ ਭੁੱਲ ਕੇ ਵੀ ਨਾ ਬੋਲ। ਔਰ ਫਿੱਕਾ ਬੋਲ ਕੱਢਣ ਵਾਲਾ ਮਨੁੱਖ ਇਸ ਗੱਲ ਦਾ ਸਬੂਤ ਮੁਹੱਈਆ ਕਰ ਰਿਹਾ ਹੈ, ਹਿਰਦਾ ਫਿੱਕਾ ਇਸ ਦਾ, ਕੁਛ ਵੀ ਕੋਈ ਨਹੀਂ, ਹਿਰਦਾ ਕਠੋਰ ਹੈ, ਕੁਛ ਵੀ ਨਹੀਂ। ਜਿਉਂ ਜਿਉਂ ਬੰਦਾ ਨਾਮ ਜਪਦਾ, ਬੰਦਗੀ ਕਰਦਾ, ਸੁਰਤ ਰੱਬ ਦੇ ਨੇੜੇ ਜਾਂਦੀ ਹੈ, ਹਿਰਦਾ ਕੋਮਲ ਹੁੰਦਾ ਹੈ, ਫਿਰ ਉਹਦੇ ਅੰਦਰੋਂ ਕਲਾ ਦਾ ਜਨਮ ਹੁੰਦਾ ਹੈ। ਕਲਾ ਤੇ ਕੋਮਲਤਾ ਬੜੇ ਨਿਕਟਵਰਤੀ ਨੇ ਸ਼ਬਦ ਤੋਂ। ਕਲਾ ਔਰ ਕੋਮਲਤਾ ਦੋਵੇਂ ਸ਼ਬਦ ਸੰਸਕ੍ਰਿਤ ਦੇ ਨੇ, ਕਲਾ ਔਰ ਕੋਮਲ। ਜੋ ਕੋਮਲ ਨਹੀਂ, ਉਹ ਕਲਾਕਾਰ ਨਹੀਂ ਹੋ ਸਕਦਾ। ਤੇ ਜਿੱਥੇ ਕਲਾ ਹੈ, ਉੱਥੇ ਕੋਮਲਤਾ ਹੋਵੇਗੀ। ਇਹਨਾਂ ਦੋਹਾਂ ਦਾ ਚੋਲੀ ਦਾਮਨ ਦਾ ਸਾਥ। ਇਸ ਵਾਸਤੇ ਜਦ ਕੋਈ ਸੰਸਾਰ ਵਿੱਚ ਮਹਾਨ ਕਲਾਕਾਰ, ਮਹਾਨ ਕਲਾਕਾਰ ਪੈਦਾ ਹੋ ਜਾਏ, ਤਾਂ ਛੋਟੇ ਛੋਟੇ ਕਲਾਕਾਰ ਉਸਦੇ ਆਲੇ ਦੁਆਲੇ ਆ ਜਾਂਦੇ ਨੇ। ਐਸਾ ਵੀ ਹੈ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਦੇ ਵਿੱਚ 52 ਕਵੀ ਸਨ, ਦੁਨੀਆ ਭਰ ਦੇ ਕਲਾਕਾਰ ਉੱਥੇ ਆ ਗਏ। ਕੋਈ ਸੰਗੀਤ ਦੇ ਧਨੀ ਨੇ, ਕੋਈ ਕਵਿਤਾ ਦੇ ਧਨੀ ਨੇ, ਕੋਈ ਨੀਤੀ ਦੇ ਧਨੀ ਨੇ। ਜ਼ਿੰਦਗੀ ਦੇ ਹਰ ਪਹਿਲੂ ਦੀ ਸੂਝ ਸਮਝ ਵਾਲੇ ਪੁਰਸ਼ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਲੇ ਦੁਆਲੇ ਇਕੱਠੇ ਹੋ ਗਏ। ਕਿਉਂ? ਮਹਾਂ ਕਲਾਕਾਰ ਜਿਹੜਾ ਹੈ, ਉਹ ਦੂਸਰੇ ਕਲਾਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ, ਔਰ ਦੂਸਰੇ ਲਾਜ਼ਮੀ ਉੱਥੇ ਆਣਗੇ। ਇਸ ਤਰ੍ਹਾਂ ਦੇ ਕਵੀ ਸਾਹਿਬਾਂ ਦੀ ਹਜ਼ੂਰੀ ਵਿੱਚ 52, ਥੋੜ੍ਹੀ ਗੱਲ ਨਹੀਂ, 52 ਕਵੀਆਂ ਦਾ ਹਰ ਵਕਤ ਨਾਲ ਹੋਣਾ ਮਾਮੂਲੀ ਗੱਲ ਨਹੀਂ, ਬਹੁਤ ਵੱਡੀ ਗੱਲ। ਇਹਨਾਂ 52 ਕਵੀਆਂ ਵਿੱਚੋਂ ਕੋਈ ਸੰਸਕ੍ਰਿਤ ਦਾ ਕਵੀ ਹੈ, ਕੋਈ ਬ੍ਰਿਜ ਭਾਸ਼ਾ ਦਾ ਹੈ, ਕੋਈ ਪੰਜਾਬੀ ਦਾ ਹੈ, ਕੋਈ ਪਰਸ਼ੀਅਨ ਵਿੱਚ ਕਵਿਤਾ ਕਰਦਾ ਹੈ, ਕੋਈ ਅਰਬੀ ਵਿੱਚ ਕਰਦਾ ਹੈ। ਅਤੇ ਇਹ ਕਵੀ ਵੀ ਉਹ ਨਹੀਂ ਸਨ ਜੋ ਸ਼ਰਾਬ ਪੀ ਕੇ ਕਵਿਤਾ ਲਿਖਦੇ ਹੋ, ਜੋ ਪੱਬ ਵਿੱਚ ਬੈਠ ਕੇ ਕੋਈ ਲਿਖਣ ਦੀ ਕੋਸ਼ਿਸ਼ ਕਰਦੇ ਹੋ। ਨਹੀਂ, ਸਿਮਰਨ ਵਿੱਚ ਬੈਠ ਕੇ, ਪ੍ਰਭੂ ਬੰਦਗੀ ਵਿੱਚ ਜਦ ਕੁਛ ਬੈਠਦੇ ਸਨ, ਅਤੇ ਅੰਦਰੋਂ ਕੁਛ ਅਨੁਭਵ ਜਾਗਦੇ ਸਨ, ਅਤੇ ਫਿਰ ਲਿਖਦੇ ਸਨ। ਸਾਹਿਬਾਂ ਨੇ ਇੱਕ ਦਿਨ ਇਹ ਵੇਖਣਾ ਚਾਹਿਆ, ਇਹਨਾਂ 52 ਕਵੀਆਂ ਦੇ ਚੋਂ ਕੋਈ ਐਸਾ ਤੇ ਨਹੀਂ ਜਿਹਦੀ ਕਵਿਤਾ ਫੋਕੀ ਹੋਵੇ,
ਹੋਕੀ ਤੋਂ ਮੁਰਾਦ ਬਾਹਰੋਂ ਆਈ ਹੋਵੇ, ਅੰਦਰੋਂ ਨਾ ਜਨਮੀ ਹੋਵੇ, ਅੰਦਰੋਂ ਨਾ ਫੁੱਟੀ ਹੋਵੇ। ਸਤਿਗੁਰ ਇੱਕ ਹਕੀਮ ਹੁੰਦਾ, ਸਤਿਗੁਰ ਇੱਕ ਵੈਦ ਹੁੰਦਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮਕੀ ਬੰਦਾ। ਵੈਦ ਦਾ ਕੰਮ ਹੁੰਦਾ ਹੈ ਵੀ ਇਹਨੂੰ ਕੋਈ ਬਿਮਾਰੀ ਤਾਂ ਨਹੀਂ ਵੇਖਣਾ, ਅਤੇ ਹੈ ਤਾਂ ਦੂਰ ਕਰਨਾ। ਸਤਿਗੁਰ ਦਾ ਕੰਮ ਹੈ ਸਿੱਖ ਦੇ ਰੋਗਾਂ ਨੂੰ ਕੱਟਣਾ, ਨਿਕਟਵਰਤੀ ਦੇ ਰੋਗਾਂ ਨੂੰ ਕੱਟਣਾ। ਕੀ ਰੋਗ ਹੈ ਇਹ ਗੁਰੂ ਨੂੰ ਪਹਿਚਾਣ ਹੁੰਦੀ। ਤੋ ਸਤਿਗੁਰ ਨੇ ਦੇਖਣਾ ਚਾਹਿਆ, ਇਹਨਾਂ 52 ਕਵੀਆਂ ਦੇ ਚੋਂ ਕੋਈ ਐਸਾ ਕਵੀ ਤਾਂ ਨਹੀਂ ਜਿਹਦੀ ਕਵਿਤਾ ਬਾਹਰੋਂ ਆਉਂਦੀ ਹੋਵੇ ਅਤੇ ਅੰਦਰ ਕੋਈ ਜੜ ਨਾ ਹੋਵੇ, ਬੁਨਿਆਦ ਨਾ ਹੋਵੇ, ਹਿਰਦਾ ਕੋਮਰੀ ਨਾ ਹੋਵੇ। ਅਤੇ ਐਸੇ ਪੁਰਸ਼ ਦਾ ਫਿਰ ਜਿਹੜਾ ਹੋਣਾ ਹੈ, ਕਵੀ ਹੋਣਾ ਹੈ, ਉਹ ਇੱਕ ਝੂਠ ਹੋਵੇਗਾ। ਅਤੇ ਜਿਸ ਦੀ ਕਵਿਤਾ ਅੰਦਰੋਂ ਆਉਂਦੀ ਉਹ ਕਿਸੇ ਵਕਤ ਵੀ ਕਵਿਤਾ ਨੂੰ ਆਪਣੇ ਅੰਦਰੋਂ ਜਨਮ ਦੇ ਸਕਦਾ, ਅਤੇ ਜਿਹੜਾ ਬਾਹਰੋਂ ਕਵਿਤਾ ਨੂੰ ਇਕੱਠਾ ਕਰਦਾ ਉਹ ਹਰ ਵਕਤ ਨਹੀਂ ਲਿਖ ਸਕੇਗਾ। ਮਾਹੌਲ ਹੋਵੇਗਾ, ਕੁਛ ਗੱਲ ਹੋਵੇਗੀ ਤਾਂ। ਇੱਕ ਦਿਨ ਸਤਿਗੁਰਾਂ ਨੇ ਖੈਮਾ ਲਾਇਆ ਔਰ ਉਸ ਬਹੁਤ ਵੱਡੇ ਤੰਬੂ ਦੇ ਵਿੱਚ ਸਾਰੇ 52 ਕਵੀਆਂ ਨੂੰ ਅਤੇ ਕੁਛ ਸਰੋਤਿਆਂ ਨੂੰ ਇਕੱਠਾ ਕੀਤਾ। ਪਾਉਂਟਾ ਸਾਹਿਬ ਦੀ ਇਹ ਗੱਲ ਹੈ। ਕਵੀ ਦਰਬਾਰ ਰੋਜ਼ ਸਜਦੇ ਸਨ ਪਾਉਂਟਾ ਸਾਹਿਬ, ਔਰ ਇਹ ਸਤਿਗੁਰਾਂ ਦਾ ਯਾਦਗਾਰੀ ਇਹ ਸਥਾਨ ਹੈ। ਅੱਜ ਕੱਲ੍ਹ ਹਿਮਾਚਲ ਪ੍ਰਦੇਸ਼ ਦੇ ਚਲਾ ਗਿਆ, ਜਮੁਨਾ ਦੇ ਕੰਢੇ। ਸਾਰੇ ਤੰਬੂ ਦੇ ਵਿੱਚ ਇਕੱਠੇ ਹੋਏ ਬੈਠੇ ਨੇ ਆਪਣੀ ਆਪਣੀ ਥਾਂ 'ਤੇ। ਪਾਤਸ਼ਾਹ ਨੇ ਤਮਾਮ ਕਵੀਆਂ ਦੇ ਅੱਗੋਂ ਇੱਕ ਇੱਕ ਕਾਗਜ਼ ਰੱਖ ਦਿੱਤਾ, ਕਲਮ ਦਵਾਤ ਰੱਖ ਦਿੱਤੇ, ਅਤੇ ਆਖਿਆ ਚਾਰ ਚਾਰ ਪੰਕਤੀਆਂ ਦੀ ਇੱਥੇ ਕਵਿਤਾ ਬਣਾਓ, ਮੈਂ ਸਾਰਿਆਂ ਕੋਲ ਸੁਣਨੀ। ਔਰ ਸਾਰਿਆਂ ਦੀ ਕਵਿਤਾ ਸੁਣਨ ਤੋਂ ਬਾਅਦ ਇਹ ਸਮਾਪਤੀ ਹੋਵੇ, ਕਵੀ 52, ਔਰ ਕਵਿਤਾ ਲੰਮੀ ਨਾ ਹੋਵੇ, ਗੱਲ ਬਹੁਤ ਵੱਡੀ ਹੋਵੇ ਪਰ ਥੋੜ੍ਹੇ ਸ਼ਬਦਾਂ 'ਚ ਆਖੀ ਗਈ ਹੋਵੇ, ਥੋੜ੍ਹੇ ਅੱਖਰਾਂ ਦੇ 'ਚ ਆਖੀ ਗਈ ਹੋਵੇ। ਇਹ ਸਤਿਗੁਰ ਦੀ ਮੰਗ। ਤੋ ਸਾਰੇ ਲੱਗ ਪਏ ਉੱਥੇ ਕਵਿਤਾ ਲਿਖਣ, ਔਰ ਸਾਰਿਆਂ ਨੇ ਲਿਖੀ ਵੀ। ਇਹਦੇ 'ਚ ਇੱਕ ਚੰਦਨ ਨਾਮ ਦਾ ਕਵੀ ਸੀ, ਉਹਨੇ ਜਦ ਆਪਣੀ ਲਿਖੀ ਹੋਈ ਕਵਿਤਾ ਪੜ੍ਹੀ ਤੇ ਪੜ੍ਹ ਪੜ੍ਹ ਕੇ ਆਪ ਹੀ ਬਿਸਮਾਦ ਹੋਵੇ ਤੇ ਦਾਦ ਦੇ ਜਾਏ ਵੀ ਐਸੀ ਕਵਿਤਾ ਮੇਰੇ ਤੋਂ ਬਣ ਗਈ। ਜਿੱਥੇ 10 ਸੰਤ ਬੈਠੇ ਹੋਣ ਨਾ, 10 ਭਜਨੇਕ ਪੁਰਸ਼, ਅਤੇ ਇੱਕ ਠੱਗ ਬੈਠਾ ਹੋਵੇ, ਉਹ ਠੱਗੀ ਨਹੀਂ ਕਰ ਸਕੇਗਾ, ਕਿਉਂਕਿ 10 ਦੀ ਜਿਹੜੀਆਂ ਲਹਿਰਾਂ ਨੇ ਉਹ ਇਤਨੀਆਂ ਪ੍ਰਭਾਵਿਤ ਕਰਨਗੀਆਂ, ਉਹਦੇ ਅੰਦਰੋਂ ਠੱਗੀ ਦਾ ਜਨਮ ਨਹੀਂ ਹੋ ਸਕੇਗਾ। ਭਾਵੇਂ ਠੱਗੀ ਨਾ ਮਰੇ ਪਰ ਉਸ ਵਕਤ ਨਹੀਂ ਕਰ ਸਕੇਗਾ। ਸੱਜਣ ਠੱਗ ਸਾਰੀ ਦੁਨੀਆਂ ਨੂੰ ਠੱਗਦਾ ਰਿਹਾ, ਗੁਰੂ ਨਾਨਕ ਨੂੰ ਨਹੀਂ ਠੱਗ ਸਕੇ, ਕਦਮਾਂ 'ਤੇ ਗਿਰ ਗਏ। ਕੌਡਾ ਰਾਕਸ਼ਸ ਜਣੇ ਖਣੇ ਨੂੰ ਤਲ ਤਲ ਕੇ ਖਾਂਦਾ ਰਿਹਾ, ਗੁਰੂ ਨਾਨਕ ਨੂੰ ਨਹੀਂ ਖਾ ਸਕਿਆ, ਕਦਮਾਂ 'ਤੇ ਗਿਰ ਗਿਆ, ਮੱਥਾ ਟੇਕ ਛੱਡੇ। ਇਸ ਵਾਸਤੇ ਭਗਤ ਕਬੀਰ ਕਹਿੰਦੇ ਨੇ, ਕਬੀਰ ਧਰਤੀ ਸਾਧ ਕੇ ਤਸਕਰ ਬੈਸੇ ਗਾਏ। ਬੇ ਜਿੱਥੇ ਸਾਧੂ ਜਨ ਬੈਠੇ ਨੇ ਜਿਸ ਧਰਤੀ 'ਤੇ, ਅਤੇ ਉੱਥੇ ਤਸਕਰ ਕੋਈ ਚੋਰ ਆ ਜਾਏ, ਉੱਥੇ ਹੀ ਬੈਠ ਜਾਏ ਠੱਗ ਕੋਈ, ਤਾਂ ਧਰਤੀ ਭਾਰ ਨਾ ਪਿਆ ਭਈ ਉਨਕੋ ਲਾਹੂ ਲਾਹੇ। ਸਾਧੂਆਂ ਦੇ ਉੱਤੇ ਕੋਈ ਅਸਰ ਨਹੀਂ ਪੈਣਾ ਉਸ ਚੋਰ ਦਾ, ਚੋਰ ਨੂੰ ਲਾਭ ਮਿਲ ਜਾਣਾ।
ਜਿੱਥੇ ਬਹੁਤ ਸਾਰੇ ਸਾਧੂ ਬੈਠੇ ਹੋ, ਉਹਨਾਂ ਦੇ ਸਰੀਰ ਦੇ ਚੋਂ ਨਿਕਲਦੀਆਂ ਗਈਆਂ ਲਹਿਰਾਂ ਇਸ ਢੰਗ ਨਾਲ ਪ੍ਰੇਰਿਤ ਕਰਨਗੀਆਂ, ਚੋਰ ਦੇ ਅੰਦਰੋਂ ਚੋਰੀ ਨਿਕਲ ਜਾਏਗੀ ਔਰ ਚੋਰੀ ਕਰਨਾ ਔਖਾ ਹੋ ਜਾਏਗਾ। ਬੜੇ ਤੋਂ ਬੜੇ ਠੱਗ ਵੀ ਕਈ ਦਫ਼ਾ ਕੰਬ ਜਾਂਦੇ ਨੇ ਐਸੇ ਮਾਹੌਲ ਵਿੱਚ ਕੁਛ ਅਨਰਥ ਕਰਨਾ। ਉਹ ਮਾਹੌਲ ਪ੍ਰੇਰਦਾ ਹੈ, ਉਹ ਵਾਤਾਵਰਣ ਜਿਹੜਾ ਹੈ ਉਹ ਪ੍ਰੇਰਦਾ ਹੈ। ਤੋ ਜਿੱਥੇ ਹੁਣ ਇਤਨੇ ਕਵੀ ਬੈਠੇ ਹੋਣ ਉੱਥੇ ਕੋਈ ਮੂੜ ਤੋਂ ਮੂੜ ਬੰਦਾ ਵੀ ਬੈਠਾ ਹੋਵੇ ਤਾਂ ਕਲਾ ਜਿਹੜੀ ਉਸਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਹਦੇ ਅੰਦਰੋਂ ਵੀ ਕਈ ਦਫ਼ਾ ਕਲਾ ਦਾ ਜਨਮ ਹੋ ਜਾਂਦਾ ਹੈ। ਚੰਦਨ ਮੰਨਿਆ ਪਰ ਮੰਨਿਆ ਕਵੀ ਸੀ, ਪਰ ਕੁਛ ਹੰਕਾਰੀ ਤਬੀਅਤ ਦਾ ਸੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ ਹੈ, ਔਗੁਣ ਬੰਦੇ ਦੀ ਕਮਜ਼ੋਰੀ ਹੈ, ਗੁਣ ਪਰਮਾਤਮਾ ਦੀ ਦੇਣ ਹੈ। ਸਭ ਗੁਣ ਤੇਰੇ ਮੈਂ ਨਾਹੀਂ ਕੋਈ। ਗੁਣ ਮਨੁੱਖ ਦੇ ਆਪਣੇ ਨਹੀਂ ਨੇ। ਅਗਰ ਕੋਈ ਬੰਦਾ ਸਿਮਰਨ ਕਰ ਰਿਹਾ ਹੈ, ਦਾਨ ਕਰ ਰਿਹਾ ਹੈ, ਪੁੰਨ ਕਰ ਰਿਹਾ ਹੈ, ਕਵੀ ਹੈ, ਸੰਗੀਤਕਾਰ ਹੈ, ਫਿਲੋਸਫਰ ਹੈ, ਦਾਰਸ਼ਨਿਕ ਹੈ, ਲੰਗਰ ਦੀ ਸੇਵਾ ਕਰ ਰਿਹਾ, ਕੁਛ ਵੀ ਕਰ ਰਿਹਾ, ਜਿਹੜੇ ਗੁਣ ਹੈ ਮਨੁੱਖ ਦੇ ਆਪਣੇ ਕੋਈ ਨਹੀਂ, ਇਹ ਗੁਰੂ ਦੀ ਦੇਣ ਹੈ, ਅਕਾਲ ਪੁਰਖ ਦੀ ਦੇਣ ਹੈ। ਜਦੋਂ ਕੋਈ ਬੰਦਾ ਉਹਨਾਂ ਗੁਣਾਂ ਨੂੰ ਆਪਣੀ ਕ੍ਰਿਤ ਮੰਨ ਲੈਂਦਾ ਹੈ ਤਾਂ ਗੁਣ ਔਗੁਣ ਬਣ ਜਾਂਦਾ, ਫਿਰ ਉਸ ਗੁਣ ਵਿੱਚ ਕੁਛ ਵੀ ਨਹੀਂ ਰਹਿ ਜਾਂਦਾ, ਉਹ ਗੁਣ ਵੀ ਫੋਕਾ ਹੋ ਜਾਂਦਾ। ਜਦੋਂ ਬੰਦਾ ਕਹਿੰਦਾ ਨਹੀਂ ਇਹ ਗੁਣ ਤੇ ਮੇਰਾ, ਉਹ ਗੁਣ ਔਗੁਣ ਵਿੱਚ ਬਦਲ ਜਾਂਦਾ ਕਿਉਂਕਿ ਹੰਕਾਰ ਜੋ ਛਾ ਜਾਂਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਗਰ ਮੇਰੇ ਕੋਲ ਕੋਈ ਗੁਣ ਕਲਾ ਹੈ ਤਾਂ ਪਰਮਾਤਮਾ ਤੇਰੀ ਦਿੱਤੀ ਹੋਈ ਹੈ, ਜੀਵਨ ਤੇਰਾ ਦਿੱਤਾ ਹੋਇਆ, ਬੁੱਧ ਤੇਰੀ ਦਿੱਤੀ ਹੋਈ, ਸਮਰੱਥਾ ਤੇਰੀ ਦਿੱਤੀ ਹੋਈ, ਔਰ ਇਹ ਜਿਹੜੇ ਗੁਣ ਨੇ ਇਹ ਵੀ ਮੈਂ ਦੇਖ ਲਏ ਨੇ ਤੇਰੇ ਦਿੱਤੇ ਹੋਏ ਨੇ। ਜਿਸ ਤਰ੍ਹਾਂ ਰੋਸ਼ਨੀ ਦਾ ਕੇਂਦਰ ਸੂਰਜ ਹੈ ਅਤੇ ਅੰਧੇਰੇ ਦਾ ਕੇਂਦਰ ਕੀ ਹੈ? ਮਰਕਜ਼, ਸੈਂਟਰ। ਅੰਧੇਰਾ ਕਿੱਥੋਂ ਆਉਂਦਾ? ਕੋਈ ਸੈਂਟਰ ਨਹੀਂ ਹੈ, ਕੋਈ ਮਰਕਜ਼ ਨਹੀਂ। ਰੋਸ਼ਨੀ ਦਾ ਨਾ ਹੋਣਾ ਹੀ ਅੰਧਕਾਰ ਹੈ, ਪਰ ਰੋਸ਼ਨੀ ਦਾ ਸੈਂਟਰ ਹੈ ਸੂਰਜ। ਰੋਸ਼ਨੀ ਕਿੱਥੋਂ ਆ ਰਹੀ ਹੈ? ਅਸੀਂ ਕਹਿ ਸਕਦੇ ਹਾਂ ਸੂਰਜ ਤੋਂ ਆ ਰਹੀ ਹੈ। ਅੰਧੇਰਾ ਕਿੱਥੋਂ ਆ ਰਿਹਾ ਕੀ ਆਖਾਂਗੇ? ਕੋਈ ਮਰਕਜ਼ ਨਹੀਂ, ਉਹਦਾ ਕੋਈ ਸੈਂਟਰ ਨਹੀਂ। ਇਸ ਵਾਸਤੇ ਭਗਤ ਜਨ ਕਹਿੰਦੇ ਨੇ ਕਿ ਗੁਣਾਂ ਦਾ ਮਰਕਜ਼ ਹੈ, ਗੁਣਾਂ ਦਾ ਕੇਂਦਰ ਹੈ, ਔਗੁਣਾਂ ਦਾ ਕੋਈ ਕੇਂਦਰ ਨਹੀਂ। ਜਿਸ ਤਰ੍ਹਾਂ ਸੂਰਜ ਦਾ ਨਾ ਹੋਣਾ ਹੀ ਅੰਧਕਾਰ ਹੈ, ਗੁਣਾਂ ਦਾ ਨਾ ਹੋਣਾ ਹੀ ਔਗੁਣ ਹੈ। ਪਰ ਗੁਣਾਂ ਦਾ ਇੱਕ ਮਰਕਜ਼ ਹੈ, ਸੈਂਟਰ ਤੋਂ ਆਉਂਦੇ ਨੇ, ਮਰਕਜ਼ ਤੋਂ ਆਉਂਦੇ ਨੇ। ਔਗੁਣ ਕੀ ਨੇ? ਗੁਣਾਂ ਦਾ ਨਾ ਹੋਣਾ ਹੀ ਔਗੁਣ ਹੈ। ਸੂਰਜ ਦਾ ਨਾ ਹੋਣਾ ਹੀ ਪ੍ਰਕਾਸ਼, ਦਾ ਨਾ ਹੋਣਾ ਹੀ ਅੰਧੇਰਾ ਹੈ। ਪਰ ਅੰਧੇਰਾ ਕਿੱਥੋਂ ਆ ਰਿਹਾ? ਐਸਾ ਤੁਸੀਂ ਕੁਛ ਵੀ ਨਹੀਂ ਕਹਿ ਸਕਦੇ ਕਿੱਥੋਂ ਆ ਰਿਹਾ। ਇਹਦਾ ਕੋਈ ਮਰਕਜ਼ ਨਹੀਂ, ਔਗੁਣਾਂ ਦਾ ਕੋਈ ਮਰਕਜ਼ ਨਹੀਂ ਹੈ, ਔਗੁਣਾਂ ਦਾ ਕੋਈ ਸੈਂਟਰ ਨਹੀਂ ਹੈ। ਇਸ ਵਾਸਤੇ ਜਿਤਨੇ ਵੀ ਸੰਸਾਰ ਵਿੱਚ ਭਗਤ ਹੋਏ ਨੇ ਉਹਨਾਂ ਨੇ ਇਹੀ ਆਖਿਆ, ਹੇ ਪ੍ਰਮਾਤਮਾ ਗੁਣ ਤੇਰੀ ਦੇਣ ਹੈ, ਔਗੁਣ ਸਾਡੀਆਂ ਕਮਜ਼ੋਰੀਆਂ ਨੇ। ਔਗੁਣਾਂ ਦੀ ਜ਼ਿੰਮੇਵਾਰੀ ਆਪਣੇ 'ਤੇ ਚੁੱਕੀ ਹੈ ਅਤੇ ਗੁਣ ਇਹ ਆਪਣੇ ਨਹੀਂ, ਤੇਰੀ ਦੇਣ, ਤੇਰੀ ਬਖਸ਼ਿਸ਼। ਸਭ ਗੁਣ ਤੇਰੇ ਮੈਂ ਨਾਹੀਂ ਕੋ, ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋ ਕਿਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਹੋਈ। ਮੇਰੇ 'ਤੇ ਕੋਈ ਗੁਣ ਨਹੀਂ ਸੀ, ਜੇ ਤੂੰ ਮੈਥੋਂ ਕੁਛ ਲਿਖਵਾਇਆ, ਕੁਛ ਬਣਾਇਆ, ਤੇਰੀ ਦੇਣ, ਗੁਣ ਤੇਰਾ ਹੈ। ਹਮੇਸ਼ਾ ਪਰਮ ਪੁਰਖਾਂ ਨੇ ਇਸ ਗੱਲ ਨੂੰ ਤਸਲੀਮ ਕੀਤਾ ਹੈ ਕਿ ਗੁਣ ਜਿਹੜਾ ਹੈ ਪਰਮਾਤਮਾ ਦੀ ਦੇਣ ਹੈ, ਅਕਾਲ ਪੁਰਖ ਦੀ ਦੇਣ ਹੈ। ਕੋਈ ਸੇਵਾ ਕਰ ਰਿਹਾ, ਕੋਈ ਸਿਮਰਨ ਕਰ ਰਿਹਾ, ਕੋਈ ਦਾਨ ਕਰ ਰਿਹਾ, ਕੋਈ ਪੁੰਨ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਵਿਚਾਰ ਕਰ ਰਿਹਾ,
ਕੋਈ ਕੌਮ ਦੀ ਸੇਵਾ ਕਰ ਰਿਹਾ ਹੈ, ਕੋਈ ਦੇਸ਼ ਦੀ ਸੇਵਾ ਕਰ ਰਿਹਾ ਹੈ, ਕਿਸੇ ਦਾ ਹਿਰਦਾ ਕੋਮਲ ਹੈ, ਸਾਰੇ ਗੁਣ ਰੱਬੀ ਨੇ, ਮਨੁੱਖ ਦੇ ਆਪਣੇ ਕੋਈ ਨਹੀਂ, ਇੱਕ ਵੀ ਨਹੀਂ ਹੈ। ਸਭ ਗੁਣ ਤੇਰੇ ਮੈਂ ਨਾ ਹੀ ਕੋਈ। ਅਤੇ ਹੁਣ ਕੋਈ ਕਹਿ ਦੇਵੇ ਮੇਰਾ ਹੈ ਅਤੇ ਭਗਤ ਰਵਿਦਾਸ ਕਹਿੰਦੇ ਨੇ ਪਾਗਲ ਹੈ, ਜਿਹੜਾ ਕਿ ਨਹੀਂ ਮੈਂ ਕਵੀ ਮੈਂ ਪੰਡਿਤ, ਹਮ ਬੜ ਕਵੀ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਭੇ ਨਨਾਸੀ, ਕਹਿ ਰਵਿਦਾਸ ਸਭੇ ਨਹੀਂ ਸਮਝਸ, ਭੂਲ ਪਰੇ ਜੈਸੇ ਬਹੁਰੇ। ਬਹੁਰੇ ਕਹਿੰਦੇ ਨੇ ਪਗਲੇ ਨੂੰ, ਇਹ ਪਗਲੇ ਨੇ ਸਾਰੇ ਜਿਹੜੇ ਕਹਿੰਦੇ ਨੇ ਮੈਂ ਕਵੀ ਮੇਰੀ ਕਵਿਤਾ ਮਹਾਨ, ਮੈਂ ਪੰਡਿਤ ਮੈਂ ਮਹਾਂ ਵਿਦਵਾਨ, ਮੈਂ ਗਿਆਨੀ ਮੈਂ ਦਾਤਾ ਮੈਂ ਦਾਨੀ ਬਹੁਤ ਵੱਡਾ। ਤੋ ਰਵਿਦਾਸ ਕਹਿੰਦੇ ਨੇ ਪਗਲੇ ਨੇ, ਗੁਣ ਤੇ ਪਰਮਾਤਮਾ ਦੀ ਦੇਣ ਹੈ, ਉਸਦੀ ਦੇਣ ਹੈ। ਤੇ ਤੂੰ ਕਹਿ ਧੰਨਵਾਦ ਕਰ ਹੇ ਪ੍ਰਭੂ ਤੇਰਾ, ਲੱਖ ਲੱਖ ਸ਼ੁਕਰ ਤੂੰ ਗੁਣ ਦਿੱਤੇ ਨੇ। ਤੇ ਤੂੰ ਆਖੇ ਨੇ ਗੁਣ ਮੇਰਾ, ਇਤਨੀ ਕਹਿਣ ਦੀ ਦੇਰ ਹੈ, ਗੁਣ ਔਗੁਣ ਬਣ ਜਾਏਗਾ, ਗੁਣ ਗੁਣ ਨਹੀਂ ਰਹੇਗਾ, ਗੁਣ ਖਤਮ ਹੋ ਜਾਏਗਾ। ਸਭ ਗੁਣ ਤੇਰੇ ਮੈਂ ਨਾ ਹੀ ਕੋਈ। ਤੋ ਚੰਦਨ ਜਿਹੜਾ ਬੈਠਾ ਸੀ ਉਸ ਸਭਾ ਦੇ ਚ, ਕਵਿਤਾ ਉਸਨੇ ਬਣਾਈ ਤੇ ਅੰਦਰੋਂ ਬਾਰ ਬਾਰ ਖਿਆਲ ਆਇਆ, ਭਾਵੇਂ 52 ਕਵੀ ਬੈਠੇ ਨੇ ਪਰ ਮੇਰੀ ਜੈਸੀ ਕਵਿਤਾ ਕਿਸੇ ਨੇ ਨਹੀਂ ਲਿਖੀ ਹੋਈ, ਔਰ ਮੈਂ ਮਹਾਨ ਕਵੀ। ਬਾਕੀ ਦੂਸਰੇ ਤੀਸਰੇ ਪੱਧਰ ਤੇ ਨੇ, ਪਹਿਲੇ ਪੱਧਰ ਦਾ ਕਵੀ ਮੈਂ ਹਾਂ, ਐਸਾ ਖਿਆਲ ਆਇਆ। ਫਿਰ ਖਿਆਲ ਆਇਆ ਜਿਹੜੀ ਕਵਿਤਾ ਮੈਂ ਲਿਖੀ ਹੈ ਇਹਨੂੰ ਕੌਣ ਸਮਝੇਗਾ ਇੱਥੇ, ਔਰ ਫਿਰ ਕੋਈ ਸਮਝ ਵੀ ਜਾਏ ਤਾਂ ਬਾਰ ਬਾਰ ਖਿਆਲ ਆਇਆ ਇੱਥੇ ਮਿਲਣਾ ਕੀ ਹੈ, ਫਕੀਰ ਹੈ। ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਨੇ, ਇੱਕ ਗੁਰੂ ਨੇ, ਇਹ ਕਵਿਤਾ ਜੇ ਕਿਸੇ ਮੈਂ ਬਾਦਸ਼ਾਹ ਨੂੰ ਸੁਣਾਵਾਂ, ਰਾਜੇ ਨੂੰ ਸੁਣਾਵਾਂ, ਤਾਂ ਫਿਰ ਮੈਨੂੰ ਇਨਾਮ ਨਾਲ ਮਾਲਾਮਾਲ ਕਰ ਦੇਗਾ। ਤੂੰ ਅੰਦਰੋਂ ਮਨ ਬੇਈਮਾਨ ਹੋ ਗਿਆ, ਬਈ ਨਹੀਂ ਸੁਣਾਣੀ ਕਵਿਤਾ, ਸੁਣਾਣੀ ਮਨ ਬਦਲ ਗਿਆ। ਜਾਣੇ ਜਾਣ ਸਤਿਗੁਰ ਸਭ ਕੁਛ ਪੜ੍ਹਦੇ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਚੰਦਨ ਨੂੰ ਇਹ ਵੀ ਖਿਆਲ ਪੈਦਾ ਹੋਇਆ ਕਿ ਜਿਹੜੀ ਕਵਿਤਾ ਮੈਂ ਲਿਖੀ ਹੈ ਇਹਦੇ ਅਰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਨਹੀਂ ਸਮਝ ਸਕਦੇ। ਬਹੁਤ ਗਹਿਰੀ ਕਵਿਤਾ ਹੈ, ਜਦ ਕਿਸੇ ਨੇ ਸਮਝਣਾ ਹੀ ਨਹੀਂ ਤੇ ਮੈਂ ਕਿਉਂ ਸੁਣਾਵਾਂ। ਉਹ ਜਿਹੜੀ ਕਵਿਤਾ ਸੀ ਨਾ ਕਾਗਜ਼ ਤੇ ਲਿਖੀ ਹੋਈ, ਉਹਨੇ ਆਪਣੇ ਪੱਟਾਂ ਤੇ ਲਿਖ ਲਏ ਛੁਪਾ ਕੇ ਤੇ ਕਾਗਜ਼ ਫਾੜ ਦਿੱਤਾ। ਹੁਣ ਭਾਵੇਂ ਇਹ ਦਰਮਿਆਨ ਵਿੱਚ ਬੈਠਾ ਸੀ, ਮੱਧ ਦੇ ਵਿੱਚ ਵਿਚਕਾਰ ਬੈਠਾ ਸੀ, ਤੇ ਸਾਹਿਬਾਂ ਨੇ ਚੰਦਨ ਨੂੰ ਖੜਾ ਕੀਤਾ। ਜਦ ਕਵੀ ਦਰਬਾਰ ਸ਼ੁਰੂ ਹੋਇਆ ਤੇ ਪਾਤਸ਼ਾਹ ਨੇ ਕਿਹਾ ਚੰਦਨ ਤੂੰ ਖੜਾ, ਤੂੰ ਸੁਣਾ ਕਵਿਤਾ। ਤੇ ਚੰਦਨ ਕਹਿਣ ਲੱਗਾ ਮਹਾਰਾਜ ਆਪ ਪਹਿਲੇ ਸਿਰੇ ਤੋਂ ਸ਼ੁਰੂ ਕਰੋ, ਮੈਂ ਤੇ ਵਿਚਕਾਰ ਬੈਠਾ। ਸਾਹਿਬ ਕਹਿਣ ਲੱਗੇ ਨਹੀਂ, ਤੂੰ ਮੈਨੂੰ ਪਹਿਲੇ ਸਿਰੇ ਤੇ ਬੈਠਿਆ ਹੋਇਆ ਦਿਖਾਈ ਦੇਣਾ, ਤੂੰ ਮੈਨੂੰ ਪਹਿਲੇ ਬੈਠਾ ਹੋਇਆ ਦਿਖਾਈ ਦੇਣਾ, ਇਸ ਵਾਸਤੇ ਤੂੰ ਸੁਣਾ। ਤੇ ਕਹਿਣ ਲੱਗਾ ਮਹਾਰਾਜ ਮੈਥੋਂ ਕਵਿਤਾ ਨਹੀਂ ਬਣ ਸਕੀ, ਮੈਂ ਬੜੀ ਕੋਸ਼ਿਸ਼ ਕੀਤੀ ਹੈ, ਬਹੁਤ ਕੋਸ਼ਿਸ਼ ਕੀਤੀ ਹੈ, ਨਹੀਂ ਬਣੀ। ਤੇ ਜਦ ਬਣੀ ਨਹੀਂ ਤੇ ਮੈਂ ਹੁਣ ਕੀ ਸੁਣਾਵਾਂ। ਸਾਹਿਬ ਕਹਿਣ ਲੱਗੇ ਫਿਰ ਹੁਣ ਅਸੀਂ ਕਿਸੇ ਕੋਲ ਵੀ ਨਹੀਂ ਸੁਣਨੇ, ਤੂੰ ਸ਼ੁਰੂਆਤ ਦੇ ਵਿੱਚ ਹੀ ਗਲਤ ਕੰਮ ਕਰ ਛੱਡੇ। ਕਿਹਾ ਨਹੀਂ, ਕਵਿਤਾ ਬਣੀ ਨਹੀਂ, ਹੁਣ ਅਸੀਂ ਨਹੀਂ ਸੁਣਨੇ, ਹੁਣ ਸਾਡੀ ਰੁਚੀ ਨਹੀਂ, ਕਿਸੇ ਦੀ ਵੀ ਨਹੀਂ ਸੁਣਨੀ। ਤੇ ਪਾਤਸ਼ਾਹ ਕਹਿਣ ਲੱਗੇ ਹੁਣ ਸਾਰੇ ਮੇਰੇ ਨਾਲ ਚਲੋ ਜਮਨਾ ਤੇ ਉੱਥੇ ਇਸ਼ਨਾਨ ਕਰਾਂਗੇ। ਭਾਵੇਂ ਵਕਤ ਸ਼ਾਮ ਦਾ ਸੀ,
ਤੇ ਚੰਦਨ ਨੇ ਸੋਚਿਆ ਮੈਂ ਲਿਖੀਏ ਕਵਿਤਾ ਉੱਤੇ ਦੁੱਲ ਜਾਏਗੀ ਜਮੁਨਾ ਵਿੱਚ ਮਿਟ ਜਾਏਗੀ। ਤੋ ਅੰਦਰ ਦਾ ਚੋਰ ਬੋਲ ਪਿਆ ਵੀ ਸਤਿਗੁਰ ਨੂੰ ਗੱਲ ਦਾ ਪਤਾ ਚੱਲ ਗਿਆ, ਗੱਲ ਜਾਣ ਲਈ, ਹਿਰਦੇ ਦੀ ਗੱਲ ਜਾਣ ਲਈ। ਤੋ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਪਾਤਸ਼ਾਹ ਇਹ ਜਿਹੜਾ ਇਸ਼ਨਾਨ ਕਰਨ ਦਾ ਹੁਕਮ ਹੈ ਨਾ, ਇਹ ਵਾਪਸ ਲੈ ਲਓ, ਕਵਿਤਾ ਮੈਂ ਸੁਣਾ ਦਿੰਦਾ, ਮੈਂ ਬਣਾਈ ਬਣੀ ਹੈ, ਮੈਂ ਸੁਣਾ ਦਿੰਦਾ। ਪਰ ਸਾਹਿਬ ਕਹਿਣ ਲੱਗੇ ਮੈਂ ਇਹ ਪੁੱਛਣਾ ਚਾਹੁੰਦਾ ਤੂੰ ਪਹਿਲੇ ਕਿਉਂ ਇਨਕਾਰੀ ਹੋਇਆ, ਤੂੰ ਇਹ ਝੂਠ ਕਿਉਂ ਬੋਲਿਆ, ਨਹੀਂ ਬਣੀ ਕਵਿਤਾ, ਮੈਂ ਨਹੀਂ ਲਿਖੀ, ਐਸੀ ਗਲਤ ਬਿਆਨੀ ਤੂੰ ਕਿਉਂ ਕੀਤੀ। ਕਹਿਣ ਲੱਗਾ ਪਾਤਸ਼ਾਹ ਦੋ ਤਿੰਨ ਭਾਵ ਪੈਦਾ ਹੋਏ, ਇੱਕ ਤੇ ਇਹ ਕਿ ਮੈਨੂੰ ਬਾਰ ਬਾਰ ਖਿਆਲ ਆਉਂਦਾ ਔਰ ਅਜੇ ਵੀ ਕਿ ਕਵਿਤਾ ਮੇਰੀ ਬੜੀ ਗਹਿਰੀ ਹੈ, ਸ਼ਿੰਗਾਰ ਰਸ ਦੀ ਹੈ, ਨੌ ਰਸ ਹੁੰਦੇ ਨੇ ਕਵਿਤਾ ਦੇ, ਹਾਸੇ ਰਸ, ਕਰਣਾ ਰਸ, ਬਿਸਮਾਦ ਰਸ, ਬੀਰ ਰਸ, ਰੋਦਰ ਰਸ, ਇਸੇ ਤਰੀਕੇ ਦੇ ਨਾਲ ਸ਼ਿੰਗਾਰ ਰਸ, ਉਂਝ ਸ਼ਾਂਤ ਰਸ ਦੀ ਵੀ ਕਵਿਤਾ ਆਉਂਦੀ ਹੈ, ਨੌ ਰਸ ਮੰਨੇ ਨੇ ਵਿਦਵਾਨਾਂ ਨੇ। ਕੋਈ ਕਵਿਤਾ ਸੁਣਦਿਆਂ ਅਤੇ ਪੜ੍ਹਦਿਆਂ ਅਸੀਂ ਹੱਸ ਪਈਏ, ਉਹਦੇ 'ਚ ਹਾਸੇ ਰਸ ਹੈ, ਇਹ ਮਨ ਦੀ ਇੱਕ ਹਾਲਤ ਹੈ। ਪੜ੍ਹ ਕੇ ਅਤੇ ਸੁਣ ਕੇ ਜਾਂ ਕੁਝ ਘਟਨਾ ਵੇਖ ਕੇ ਰੋ ਪਈਏ ਤਾਂ ਫਿਰ ਉਹ ਕਰਣਾ ਰਸ ਹੈ। ਪੜ੍ਹ ਕੇ ਅਤੇ ਸੁਣ ਕੇ ਜਦ ਭਿਆਨਕਤਾ ਦੇ ਚਲੇ ਜਾਈਏ, ਕੋਈ ਡਰਾਵਣਾ ਦ੍ਰਿਸ਼ ਪੈਦਾ ਹੋ ਜਾਏ, ਉਹ ਰੋਦਰ ਰਸ ਹੈ। ਜਿਵੇਂ ਕਿਸੇ ਥਾਂ ਕੋਈ ਜਮਾਂ ਦਾ ਜਾਂ ਨਰਕ ਦਾ ਤਖੀਅਲ ਖਿੱਚਿਆ ਜਾਏ, ਉੱਥੇ ਫਿਰ ਉਹ ਭਿਆਨਕ ਰਸ ਹੋ ਜਾਂਦਾ। ਕੋਈ ਕਵਿਤਾ ਸੁਣ ਕੇ ਅਤੇ ਪੜ੍ਹ ਕੇ ਖੂਨ ਖੋਲਣ ਲੱਗ ਪਏ, ਅੰਦਰ ਜੋਸ਼ ਪੈਦਾ ਹੋ ਜਾਏ, ਬੀਰ ਰਸ ਹੈ। ਇਸੇ ਤਰੀਕੇ ਨਾਲ ਜਿਸ ਵਿੱਚ ਸੁੰਦਰਤਾ ਦਾ ਵਰਣਨ ਹੋਵੇ, ਪ੍ਰਕਿਰਤੀ ਦੀ ਸੁੰਦਰਤਾ, ਪਸ਼ੂ ਪੰਖੀਆਂ ਦੀ ਸੁੰਦਰਤਾ ਜਾਂ ਮਨੁੱਖੀ ਸੁੰਦਰਤਾ ਜਾਂ ਰੱਬ ਦੀ ਸੁੰਦਰਤਾ, ਉਹਨੂੰ ਫਿਰ ਸ਼ਿੰਗਾਰ ਰਸ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹਰ ਰਸ ਦੀ ਕਹਾਣੀ ਹੈ, ਹਰ ਰਸ ਮੌਜੂਦ ਹੈ। ਕਵਿਤਾ ਇਸ ਨੇ ਸ਼ਿੰਗਾਰ ਰਸ ਦੇ ਵਿੱਚ ਲਿਖੀ ਸੀ, ਕਹਿੰਦਾ ਪਾਤਸ਼ਾਹ ਇੱਥੇ ਸ਼ਿੰਗਾਰ ਰਸ ਦੇ ਕੋਈ ਪੰਡਿਤ ਬੈਠੇ ਹੋਣ ਮੈਨੂੰ ਦਿਖਾਈ ਨਹੀਂ ਦਿੰਦੇ ਸੀ, ਕੋਈ ਸ਼ਾਂਤ ਰਸ ਦੇ ਕਵੀ ਬੈਠੇ ਨੇ, ਕੋਈ ਬੀਰ ਰਸ ਦੇ ਕਵੀ ਬੈਠੇ ਨੇ, ਕੋਈ ਰੋਦਰ ਰਸ ਦੇ ਕਵੀ ਬੈਠੇ ਨੇ, ਕੋਈ ਅਧਿਆਤਮਿਕ ਰਸ ਦੇ ਕਵੀ ਬੈਠੇ ਨੇ, ਮੈਨੂੰ ਨਹੀਂ ਕੋਈ ਦਿਖਾਈ ਦਿੱਤਾ ਕਿ ਇੱਥੇ ਕੋਈ ਸ਼ਿੰਗਾਰ ਰਸ ਦਾ ਕਵੀ ਵੀ ਬੈਠਾ ਹੋਵੇ। ਇਸ ਵਾਸਤੇ ਮੇਰੀ ਆਤਮਾ ਨਹੀਂ ਮੰਨੀ ਸੁਣਾਉਣ ਨੂੰ, ਵੀ ਮੇਰੀ ਕਵਿਤਾ ਨੂੰ ਕੋਈ ਸਮਝ ਸਕੇ, ਮੇਰਾ ਦਿਲ ਦਿਮਾਗ ਨਹੀਂ ਮੰਨਿਆ। ਅਤੇ ਦੂਸਰਾ ਇਹ ਭਾਵ ਵੀ ਪੈਦਾ ਹੋਇਆ ਕਿ ਚਲੋ ਕੋਈ ਸਮਝ ਵੀ ਜਾਏ ਤਾਂ ਮੈਨੂੰ ਇੱਥੇ ਇਨਾਮ ਕੀ ਮਿਲੇਗਾ, ਕੁਛ ਵੀ ਨਹੀਂ, ਇਹ ਵੀ ਖਿਆਲ ਪੈਦਾ ਹੋਇਆ। ਇਸ ਵਾਸਤੇ ਮਹਾਰਾਜ ਮੈਂ ਇਨਕਾਰੀ ਹੋ ਗਿਆ, ਨਹੀਂ ਸੁਣਾਇਆ। ਸਾਹਿਬ ਕਹਿਣ ਲੱਗੇ ਚੰਦਨ ਤੂੰ ਬਹੁਤ ਮਾੜਾ ਕੀਤਾ, ਪਰ ਬਖਸ਼ਿੰਦ ਹੈ ਸਾਧ ਸੰਗਤ, ਤੇਰੇ ਦੋਵੇਂ ਭੁਲੇਖੇ ਦੂਰ ਕਰਨੇ ਪੈਣਗੇ, ਕਿਉਂਕਿ ਤੂੰ ਸਾਡੇ ਕੋਲ ਰਹਿੰਦਾ ਔਰ ਸਾਨੂੰ ਚੰਗਾ ਲੱਗਦਾ। ਹੁਣ ਇੰਨੇ ਵੀ ਕੋਈ ਗੁਸਤਾਖੀ ਕਰੇ ਤੇ ਫਿਰ ਸਤਿਗੁਰ ਆਖਣ ਸਾਨੂੰ ਚੰਗਾ ਲੱਗਦਾ, ਬੜਾ ਵੱਡਾ ਜਿਗਰਾ ਹੁੰਦਾ ਸਤਿਪੁਰਸ਼ਾਂ ਦਾ, ਬਹੁਤ ਵੱਡਾ, ਬਹੁਤ ਵੱਡੀ ਗੱਲ ਆਉਂਦੀ। ਸਾਹਿਬਾਂ ਨੇ ਚੌਬਦਾਰ ਨੂੰ ਆਵਾਜ਼ ਮਾਰੀ ਤੇ ਆਖਿਆ ਬੁਲਾ ਲਿਆ ਧੰਨਾ ਸਿੰਘ ਨੂੰ। ਧੰਨਾ ਸਿੰਘ
ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਦੀ ਸੇਵਾ ਕਰਦਾ ਹੁੰਦਾ ਸੀ, ਖਰਖਰਾ ਕਰਨਾ, ਮਾਲਿਸ਼ ਕਰਨੀ ਘੋੜੇ ਦੀ, ਅਤੇ ਘਾਸ ਖੋਦ ਕੇ ਲਿਆਉਣੀ, ਦਾਣਾ ਪੱਠਾ ਪਾਉਣਾ ਘੋੜੇ ਨੂੰ, ਇਹ ਉਸਦਾ ਰੋਜ਼ ਦਾ ਕੰਮ ਸੀ। ਸੇਵਾ ਵਿੱਚ ਲੀਨ ਰਹਿੰਦਾ ਸੀ, ਘੋੜਾ ਜਿਉਂ ਬਾਹਰੋਂ ਆਵੇ ਅਸਤਬਲ ਵਿੱਚ ਇਹ ਸੇਵਾ ਵਿੱਚ ਲੱਗ ਜਾਂਦਾ ਸੀ, ਘੋੜੇ ਦੀ ਸੇਵਾ ਕਰਨ ਵਿੱਚ ਹੀ ਲੀਨ ਰਹਿੰਦਾ ਸੀ। ਸਾਹਿਬਾਂ ਨੂੰ ਜਿਸ ਵਕਤ ਘੋੜਾ ਚਾਹੀਦਾ ਹੋਵੇ, ਇੱਕਦਮ ਕਾਠੀ ਜ਼ੀਨ ਪਾ ਕੇ ਤਿਆਰ ਕਰਕੇ ਪੇਸ਼ ਕਰ ਦਿੰਦਾ ਸੀ, ਇਸ ਦੀ ਸੇਵਾ। ਅਤੇ ਜਿਸ ਵਕਤ ਚੌਬਦਾਰ ਗਿਆ ਬੁਲਾਉਣ ਵਾਸਤੇ ਧੰਨੇ ਸਿੰਘ, ਉਦੋਂ ਖਰਖਰਾ ਕਰ ਰਿਹਾ ਸੀ ਘੋੜੇ 'ਤੇ, ਮਾਲਿਸ਼ ਕਰ ਰਿਹਾ ਸੀ, ਆਖਿਆ ਸਤਿਗੁਰ ਬੁਲਾਉਂਦੇ ਨੇ, ਤੂੰ ਵਿੰਗੀ ਟੇੜੀ ਪੱਗ ਬੰਨੀ ਹੋਈ, ਹੱਥ ਮੈਲੇ ਸਨ, ਘੋੜੇ ਦੀ ਸੇਵਾ ਕਰ ਰਿਹਾ ਸੀ, ਘਾਸ ਪੱਠਾ ਉਸਨੇ ਪਾਇਆ ਸੀ। ਇੰਨੀ ਗੱਲ ਜਦ ਚੌਬਦਾਰ ਨੇ ਆਖੀ ਨਾ, ਤੂੰ ਉਸੇ ਤਰੀਕੇ ਨਾਲ ਹੀ ਭੱਜ ਪਿਆ, ਨਹੀਂ ਦੇਖਿਆ ਮੇਰੀ ਪੱਗ ਟੇੜੀ ਹੈ, ਹੱਥ ਮੇਰੇ ਨਹੀਂ ਠੀਕ, ਕੋਈ ਸਤਿਗੁਰ ਨੇ ਯਾਦ ਕੀਤਾ, ਭੱਜ ਪਿਆ। ਤੰਬੂ ਦੇ ਚ ਪਹੁੰਚਿਆ, ਦੁਨੀਆਂ ਭਰ ਦੇ ਵਿਦਵਾਨ ਜਿੱਥੇ ਬੈਠੇ ਸਨ, ਆਲਮ ਸਿਆਣੇ ਮਨੁੱਖ ਬੈਠੇ ਸਨ, ਰੋਸ਼ਨ ਦਿਮਾਗ। ਸਾਹਿਬਾਂ ਨੂੰ ਜਾ ਕੇ ਮੱਥਾ ਟੇਕਿਆ ਤੇ ਆਖਿਆ, ਹੁਕਮ ਪਾਤਸ਼ਾਹ। ਮਹਾਰਾਜ ਕਹਿਣ ਲੱਗੇ, ਗੱਲ ਸੁਣ ਧੰਨਾ ਸਿੰਘ, ਇੱਕ ਕਵਿਤਾ ਚੰਦਨ ਨੇ ਲਿਖੀ ਹੈ, ਉਹਦੇ ਅਰਥ ਸਾਨੂੰ ਨਹੀਂ ਆਉਂਦੇ ਤੇ ਇਹਨਾਂ ਕਵੀਆਂ ਨੂੰ ਵੀ ਨਹੀਂ ਆਉਂਦੇ, ਤੂੰ ਅਰਥ ਕਰ, ਉਸ ਕਵਿਤਾ ਦੇ ਅਰਥ ਤੂੰ ਕਰ। ਤੇ ਧੰਨਾ ਸਿੰਘ ਨੇ ਫਿਰ ਮੱਥਾ ਟੇਕਿਆ ਨਾ, ਤੇ ਪਾਤਸ਼ਾਹ ਨੇ ਥਾਪੜਾ ਲਾਇਆ, ਅਸੀਸ ਦਿੱਤੀ। ਚੰਦਨ ਭੁੱਲ ਗਿਆ ਸੀ, ਉਹ ਘਰ ਹੈ ਕਿ ਗੁੰਗੇ ਦੇ ਉੱਤੇ ਛੜੀ ਰੱਖ ਦਿੱਤੀ ਸੀ ਗੁਰੂ ਹਰਕ੍ਰਿਸ਼ਨ ਜੀ ਨੇ ਤੇ ਗੀਤਾ ਦੇ ਅਰਥ ਕਰਾ ਦਿੱਤੇ ਸਨ, ਇਹ ਘਰ ਉਹ ਸੀ। ਭੁੱਲ ਗਿਆ ਸੀ ਚੰਦਨ। ਤੇ ਧੰਨਾ ਸਿੰਘ ਕਹਿਣ ਲੱਗਾ, ਚੰਦਨ ਹੁਣ ਤੂੰ ਆਪਣੀ ਕਵਿਤਾ ਸੁਣਾ। ਤੇ ਚੰਦਨ ਬੜੀ ਨਫ਼ਰਤ ਭਰੀ ਨਿਗਾਹ ਨਾਲ ਦੇਖੇ, ਵੀ ਕਰਦਾ ਸਾਰਾ ਦਿਨ ਖਰਖਰਾ, ਘੋੜੇ ਨੂੰ ਮਾਲਿਸ਼ ਕਰਦਾ, ਲਿੱਦ ਚੁੱਕਦਾ, ਘੋੜੇ ਨੂੰ ਪੱਠੇ ਪਾਉਂਦਾ, ਦਾਣੇ ਪਾਉਂਦਾ, ਔਰ ਬਾਹਰ ਜੰਗਲ ਦੇ ਚੋਂ ਘਾਸ ਖੋਦ ਕੇ ਲਿਆਂਦਾ, ਤਾਂ ਹੁਣ ਮੈਨੂੰ ਕਹਿੰਦਾ ਕਵਿਤਾ ਸੁਣਾ। ਚੰਦਨ ਕਹਿਣ ਲੱਗਾ, ਪਾਤਸ਼ਾਹ ਸੁਣਾਉਣ ਤੇ ਮੈਂ ਲੱਗਿਆ, ਪਰ ਇਹ ਕਵੀ ਦਾ ਮਜ਼ਾਕ ਹੈ, ਇਸ ਬੰਦੇ ਨੂੰ ਸੁਣਾਵਾਂ, ਇਹ ਤੇ ਘੋੜੇ ਦੀ ਮਾਲਿਸ਼ ਕਰਦਾ, ਇਹ ਤੇ ਘੋੜੇ ਨੂੰ ਸਾਰਾ ਦਿਨ ਦਾਣੇ ਪੱਠੇ ਪਾਉਂਦਾ, ਅਸਤਬਲ ਦੇ ਚੋਂ ਨਿਕਲਦਾ ਹੀ ਨਹੀਂ, ਜਿੱਥੇ ਘੋੜਾ ਬਣਿਆ ਉੱਥੇ ਹੀ ਰਹਿੰਦਾ, ਰਾਤ ਨੂੰ ਉੱਥੇ ਹੀ ਸੌ ਜਾਂਦਾ, ਇਸ ਬੰਦੇ ਨੂੰ ਮੈਂ ਕਵਿਤਾ ਸੁਣਾਵਾਂ। ਸਾਹਿਬ ਕਹਿਣ ਲੱਗੇ, ਮੈਂ ਸੱਚ ਕਹਿੰਦਾ ਚੰਦਨ, ਕਵਿਤਾ ਦੇ ਅਰਥ ਇਹ ਹੀ ਕਰੇਗਾ ਤੇਰੀ। ਹੁਣ ਚੰਦਨ ਸੁਣਾਉਂਦਾ ਤੇ ਹੈ, ਪਰ ਅੰਦਰੋਂ ਅਜੇ ਇਹ ਹੀ ਖਿਆਲ ਹੈ ਕਿ ਸਤਿਗੁਰ ਮੇਰੇ ਨਾਲ ਮਜ਼ਾਕ ਕਰ ਰਿਹਾ, ਇਹਨੇ ਕੀ ਸਮਝਣਾ। ਉਹਦੀ ਜਿਹੜੀ ਕਵਿਤਾ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ, ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ 52 ਕਵੀਆਂ ਦੀ ਕਵਿਤਾਵਾਂ ਔਰ ਉਹਨਾਂ ਦੀ ਅਣਗਿਣਤ ਰਚਨਾਵਾਂ ਜਿਹੜੀਆਂ ਅਲੱਗ ਅਲੱਗ ਨੇ ਉਹ ਵੀ ਛਪ ਚੁੱਕੀਆਂ ਨੇ, ਸ਼੍ਰੋਮਣੀ ਕਮੇਟੀ ਨੇ ਛਾਪੀਆਂ ਨੇ, ਜਿਹੜੇ 52 ਕਵੀ ਸਤਿਗੁਰਾਂ ਦੇ ਹਜ਼ੂਰ ਹੀ ਸਨ। ਚੰਦਨ ਨੇ ਜਿਹੜਾ ਛੰਦ ਸੁਣਾਇਆ ਉਹ ਇਹ ਸੀ, ਸੂਰਜ ਪ੍ਰਕਾਸ਼ ਦੇ ਜੋ ਲਿਖਿਆ ਹੈ, ਨੌ ਸਾਧ ਧੀਏ ਨੌ ਸਾਧ ਕੀਏ ਨੌ ਸਾਧ ਪੀਏ ਨੌ ਸਾਧ ਪਿਆਏ ਨੌ ਸਾਧ ਰਚੇ ਨੌ ਸਾਧ ਬਦੇ ਨੌ ਸਾਧ ਪੀਆ ਪਰ ਦਾਇਕ ਪਾਏ ਜੀਤ ਕਲਾ ਨਵ ਸਾਧਨ ਕੀ
नव सातन के मुख अंचर छाए, मानो मेघ के मंडल में कवि चंदन चंद कलेवर छाए। उसने चार पंक्तियां दा छंद साहिबां दे अगों रखिया ते भाई साहब भाई धन्ना सिंह कहण लगे, गुरमुखा तेरी कविता दे अर्थ मैं हुण कविता दे च करना है। कविता दे अर्थ, कविता दे चौवन गल कोई मामूली, बहुत वड्डी गल, इह मामूली गल नहीं। ते कविता दे अर्थ उह कविता दे च करे जो सारा दिन घोड़े की सेवा करदा और अनपढ़ बंदा, बिल्कुल अनपढ़। गुरमत इतिहास साडा इह कहिंदा बिल्कुल अनपढ़ सी, कोई अक्खर नहीं पढ़िया सी, बस घोड़े की मालिश ही करता रहिंदा सी, अस्तबल की सेवा करता रहिंदा सी। घोड़ा बाहर गया अस्तबल नूं सफा करना, घोड़ा आ गया तो घोड़े की सेवा करनी, बस इस ही सेवा दे च लीन रहिंदा सी। ते कहिण लगा चंदन मैं तेरी कविता दे अर्थ कविता दे च करने ने। तो भाई धन्ना सिंह की कविता सुनाने तो पहले मैं चंदन की कविता के अर्थ थोड़े सामने रख देव तो फिर समझ पैगी, क्योंकि ब्रिज भाषा के ही अर्थ किए ने धन्ना सिंह जी ने। तो कविता है ब्रिज भाषा की, नव सात धीए चंदन कह रहे ने, नौ ते सत सोलह वरिया की स्त्री, नव सात किए उन्हें, नौ ते सत सोलह सिंगार किते, नौ सात पीए उदा जड़ा पति सी वह भी नौ ते सत सोलह वरिया दा सी, नौ सात पिया है, नौ ते सत सोलह दिन बाद उदा जड़ा पति सी प्रदेश तो घर आया। एक पंक्ति दे जितने अर्थ ने, उदी शैली कविता दी शब्दावली तो पता चलता है बंदा मामूली नहीं सी, खास दुनिया दा मालिक सी। नौ सात तीए, नौ सात किए, नौ सात पिए, नौ सात पिया है, नौ सात रचे, नौ सात बदे, नौ सात पिया पर दायक पाए। नौ ते सत सोलह कलां दी जिहड़ी चौपड़ है ना वह विछाई गई शतरंज, इत्थे ते मैं नहीं देखिया पर तमाम अरब देश, ईरान, अफगानिस्तान ते हिंदुस्तान विच किधरे किधरे शतरंज खेडी जाती है, चौपड़ की खेड, शतरंज की खेड मुगल हिंदुस्तान विच ले आए, जिधर जिधर मुगल गए ने उधर उधर शतरंज की खेल गई है। उहदे च बादशाह हुंदा है, प्यादे आउंदे ने, वजीर आउंदे ने, और बकायदा एक चौपड़ विछा दी जाती है, वह खेड खेले जाते। मैं बगदाद विच देख के दंग रह गया कि हर होटल की जिहड़ी टेबल है ना उहदे उत्ते शतरंज बनी है। कोई 400-500 मील दा सी सफ़र किया कुवैत तो लैके बगदाद तक, रस्ते जो देखिया दंग रह गए, हर टेबल के उत्ते शतरंज बनी हुई। जिहड़ा बंदा चाह पीण वास्ते बैठदा उह शतरंज खेडना शुरू कर दिंदा, अगर कोई सामने बैठा है तो दो खेडणगे तो कोई नहीं तो कल्ले ही खेडदा। यह सिलसिला मैं उत्थे देखी, फिर बार बार अध्ययन करन तो पता चलिया कि यह खेल अरब देशां तो ही हिंदुस्तान विच गए, ते अरबी लोग जिस जिस पासे गए इस खेल नूं लै गए। और बड़ी दिमागी खेल है, उहदे च बहुत वड्डा दिमाग लड़ाना पैंदा, उहदे च घोड़े ने, प्यादे ने, वजीर है, बादशाह, पूरी एक सल्तनत दा नक्शा है। हुण जितना है बादशाह नूं जितना है, किस तरह जितना है, वह फिर सारी उसदे च चालां चलियां जांदियां। नौ ते सत सोलह कलां दी जिहड़ी चौपड़ है वह विछाई, नौ सात रचे, नौ सात बदे,
9 ਤੇ 7 16 ਕਲਾ ਦੀ ਜਿਹੜੀ ਖੇਡ ਸੀ ਉਹ ਖੇਡਣੀ ਸ਼ੁਰੂ ਹੋਈ। 9 ਸਾਤ ਪਿਆ ਪਰਦਾਇਕ ਪਾਇਆ, ਪੱਤੀ ਦੇ ਉੱਤੇ ਉਸਨੇ 9 ਤੇ 7 16 ਦਾ ਮਾਰੇ, ਖੇਡ ਦੇ ਵਿੱਚ ਦਾ ਆਉਂਦੇ ਨੇ, 16 ਦਾ ਮਾਰੇ ਪਤਨੀ ਨੇ, ਲੇਕਿਨ ਫਿਰ ਵੀ ਕਾਮਯਾਬ ਨਾ ਹੋਈ, ਸ਼ਤਰੰਜ ਦੀ ਖੇਡ ਦੇ ਵਿੱਚ ਜਿੱਤ ਨਾ ਸਕੀ, ਪਤੀ ਜਿੱਤ ਗਿਆ। ਜੀਤ ਕਲਾ ਨਵ ਸਾਧਨ ਕੀ, ਨਵ ਸਾਧਨ ਕੇ ਮੁਖ ਅੰਜਰ ਛਾਏ। ਪਹਿਲੀ ਪੰਕਤੀ ਤੇ ਕਹਿੰਦੇ ਨੇ ਬਈ ਦਾ ਮਾਰ ਕੇ ਵੀ, 16 ਦਾ ਮਾਰ ਕੇ ਵੀ ਰਹਿ ਗਏ, ਖੇਡ ਫਿਰ ਸ਼ੁਰੂ ਹੋਈ, ਪਰ ਦੂਸਰੀ ਦਫਾ ਖੇਡ ਦੇ ਵਿੱਚ ਕਾਮਯਾਬ ਹੋ ਗਈ ਔਰ ਜਿੱਤ ਗਈ। ਜੀਤ ਕਲਾ ਨਵ ਸਾਧਨ ਕੀ, ਨਵ ਸਾਧਨ ਕੇ ਮੁਖ ਅੰਜਰ ਛਾਏ। ਸ਼ਰਮਸਾਰ ਹੋ ਗਈ ਵੀ ਪਤੀ ਹਾਰ ਗਿਆ, ਮੈਂ ਜਿੱਤ ਗਈ, ਬਈ ਮੈਂ ਪੁਰਸ਼ ਨੂੰ ਹਰਾ ਦਿੱਤਾ, ਹਾਰ ਗਿਆ ਪਤੀ, ਸ਼ਰਮਸਾਰ ਹੋ ਗਈ, ਚਿਹਰੇ ਤੇ ਲੱਜਾ ਆ ਗਈ। ਮਾਨੋ ਮੇਘ ਕੇ ਮੰਡਲ ਮੇ ਕਵੀ ਚੰਦਨ ਚੰਦ ਕਲੇਵਰ ਛਾਏ, ਤੇ ਕਵੀ ਚੰਦਨ ਕਹਿ ਰਹੇ ਨੇ ਕਿ ਐਸਾ ਦ੍ਰਿਸ਼ ਹੋਇਆ, ਸ਼ਰਮ ਦੇ ਬਦਲਾਂ ਦੇ ਵਿੱਚ ਉਹਨੇ ਆਪਣੇ ਆਪ ਨੂੰ ਇਸ ਤਰ੍ਹਾਂ ਛੁਪਾਇਆ ਜੈਸੇ ਚੰਦਰਮਾ ਬਦਲਾਂ ਦੀ ਓਟ ਦੇ ਛੁਪ ਗਿਆ ਹੋਵੇ। ਧੰਨਾ ਸਿੰਘ ਇਸ ਦੇ ਅਰਥ ਕਰਦੇ ਨੇ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ। ਸੁਣ ਧੰਨਾ ਸਿੰਘ ਅਰਥ ਬਖਾਨਾ, ਜਿਹੜੇ ਅਰਥ ਮੈਂ ਤੁਹਾਡੇ ਸਾਹਮਣੇ ਕੀਤੇ ਨੇ ਇਹੀ ਅਰਥ ਉਹ ਬ੍ਰਿਜ ਭਾਸ਼ਾ 'ਚ ਕਰਦੇ ਨੇ। ਸੁਣ ਧੰਨਾ ਸਿੰਘ ਅਰਥ ਬਖਾਨਾ, ਤੀ ਖੋੜਸ ਬਰਖਨ ਬਹਿਵਾਨਾ। ਖੋੜਸ ਕਹਿੰਦੇ ਨੇ 16 ਨੂੰ, ਖੱਟ 10, 10 ਤੇ 6 16, ਖੋੜਸ। ਸੰਸਕ੍ਰਿਤ ਦੇ 16 ਵਾਸਤੇ ਸ਼ਬਦ ਹੈ ਖੋੜਸ, 6 ਵਾਸਤੇ ਸ਼ਬਦ ਹੈ ਖੱਟ, 10 ਸ਼ਬਦ ਹੈ 10 ਵਾਸਤੇ, ਤੇ ਜਦ 16 ਹੋਵੇ ਖੋੜਸ, ਖੱਟ 10 16। ਸੁਨ ਧੰਨਾ ਸਿੰਘ ਅਰਥ ਬਖਾਨਾ, ਤੀ ਖੋੜਸ ਬਰਖਨ ਬਹਿਵਾਨਾ। ਤਨ ਖੋੜਸ ਸਿੰਗਾਰ ਸੁਹਾਇਓ, ਖੋੜਸ ਮਾਸਨ ਮੇ ਪੀ ਆਇਓ। ਖੋੜਸ ਘਰ ਕੋ ਚੋਪੜ ਰਚਿਓ, ਖੋੜਸ ਦਾਇ ਲਾਇ ਸੁਖ ਮਚਿਓ। ਸੋਈ ਪਿਆਰੋ ਖੋੜਸ ਲਾਇਓ, ਖੋੜਸ ਕੀ ਬਾਜੀ ਜੈ ਪਾਇਓ। ਖੋੜਸ ਕਲਾ ਚੰਦ ਮੁਖ ਜੋਈ ਹਾਰ। ਦੋਸਤੋ ਬੜੀ ਪਿਆਰੀ ਕਥਾ, ਬਹੁਤ ਜ਼ਿਆਦਾ ਮਜ਼ਾ ਆਇਆ ਸੁਣ ਕੇ, ਲੇਕਿਨ ਇਹ ਆਪਾਂ ਨੂੰ ਹਾਫ ਹੀ ਮਿਲੀ, ਤਕਰੀਬਨ 47 ਮਿੰਟ ਦੀ ਕਥਾ ਮੈਂ ਸੁਣੀ, ਅਤੇ 47 ਮਿੰਟ ਦੀ ਕਥਾ ਦੇ ਵਿੱਚ ਇਤਨਾ ਆਨੰਦ, ਇਤਨਾ ਮਜ਼ਾ, ਇਤਨਾ ਸਕੂਨ ਮਿਲਿਆ ਕਿ ਮਜ਼ਾ ਆ ਗਿਆ। ਮੈਂ ਤੁਹਾਨੂੰ ਦੱਸਾਂ ਕਿ ਕਲਾ ਖੁਦਾ ਦੀ ਤਰਫੋਂ ਏ ਦੋਸਤੋ, ਖੁਦਾ ਦੀ ਤਰਫੋਂ ਕਲਾ ਏ, ਅਤੇ ਕੋਮਲ ਹਿਰਦਿਆਂ ਦੇ ਅੰਦਰ ਕਲਾ ਪੈਦਾ ਹੁੰਦੀ ਹੈ। ਕਲਾ ਮੇਰਾ ਖਿਆਲ ਹੈ ਮੌਜੂਜ਼ੇ ਨੂੰ ਕਹਿੰਦੇ ਨੇ, ਕਰਾਮਤ ਨੂੰ ਕਹਿੰਦੇ ਨੇ, ਜਾਂ ਹੁਨਰ ਫਨ ਨੂੰ ਕਹਿੰਦੇ ਨੇ। ਫਿਰ ਇਹਨਾਂ ਨੇ ਆਖਿਆ ਕਿ 16 ਕਲਾ ਸੀ ਕ੍ਰਿਸ਼ਨ ਜੀ ਕੋਲ, ਅਤੇ 14 ਕਲਾ ਸੀ ਉਹਨਾਂ ਦਾ ਨਾਮ ਰਾਮ ਜੀ ਕੋਲੋਂ, ਰਾਮ ਜੀ ਕੋਲ ਸੀ। ਅਤੇ ਫਿਰ ਜਿਹੜੀ ਇਹਨਾਂ ਨੇ ਅੱਗੇ ਆਪਾਂ ਨੂੰ ਕਥਾ ਸੁਣਾਈ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ 52 ਕਵੀਆਂ ਦੀ ਕਵਿਤਾ ਦੇ ਬਾਰੇ 'ਚ, ਉਹ ਤਾਂ ਕਮਾਲ ਹੀ ਸੀ, ਅਤੇ ਇਤਨਾ ਮਜ਼ਾ ਆ ਰਿਹਾ ਸੀ ਉਹ ਕਥਾ ਸੁਣ ਕੇ, ਜਦਕਿ ਉਹ ਇੱਥੇ ਹੀ ਖਤਮ ਹੋ ਗਈ। ਮੇਰਾ ਖਿਆਲ ਇਹਦਾ ਕੋਈ ਅਗਲਾ ਪਾਰਟ ਅਗਰ ਕਿਸੇ ਦੋਸਤ ਕੋਲ ਹੋਵੇ ਤਾਂ ਜ਼ਰੂਰ ਸ਼ੇਅਰ ਕਰਿਆ ਜੇ, ਤਾਂ ਕਿ ਧੰਨਾ ਸਿੰਘ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਘੋੜੇ ਦਾ ਸੇਵਾਦਾਰ ਸੀ, ਉਹਨੇ ਫਿਰ ਕਿਸ ਤਰ੍ਹਾਂ ਰਿਪਲਾਈ, ਕਿਸ ਤਰ੍ਹਾਂ ਜਵਾਬ ਦਿੱਤਾ ਚੰਦਨ ਕਵੀ ਨੂੰ,
ਜੋ ਕਿ ਇੱਕ ਹੰਕਾਰ ਲਈ ਬੈਠਾ ਸੀ ਕਿ ਮੇਰੀ ਕਵਾ ਦਾ ਕਵੀ ਮੇਰੀ ਕਵਿਤਾ ਦਾ ਕੋਈ ਜਵਾਬ ਨਹੀਂ ਦੇ ਸਕਦਾ। ਦੇਖੋ ਦੁਨੀਆ ਦੇ ਅੰਦਰ ਰੱਬ ਨੇ ਵੱਧ ਤੋਂ ਵੱਧ ਇਲਮ ਵਾਲੇ ਲੋਕ ਪੈਦਾ ਕੀਤੇ ਨੇ, ਵੱਧ ਤੋਂ ਵੱਧ ਨੌਲੇਜ ਲੋਕਾਂ ਕੋਲ। ਕੋਈ ਅਗਰ ਇਹ ਕਹਿੰਦਾ ਕਿ ਜੀ ਮੇਰਾ ਨੌਲੇਜ, ਮੇਰਾ ਇਲਮ, ਮੇਰਾ ਗਿਆਨ ਮੁਕੰਮਲ ਹੋ ਗਿਆ, ਅਤੇ ਸਮਝੋ ਉਹ ਜਾਹਲ ਹੈ। ਇਲਮ ਦਾ ਉਲਟ ਹੀ ਦੋਸਤੋ ਗਫਲਤ, ਅਤੇ ਇਲਮ ਦਾ ਉਲਟ ਹੀ ਦੋਸਤੋ ਜਾਹਲੀਅਤ। ਅਗਰ ਕੋਈ ਬੰਦਾ ਕਹਿ ਦਿੰਦਾ ਕਿ ਜੀ ਮੈਂ ਮੁਕੰਮਲ ਹੋ ਗਿਆ, ਅਤੇ ਉਹ ਇਹ ਇੱਕ ਐਸਾ ਝੂਠ ਹੈ, ਐਸਾ ਝੂਠ ਹੈ ਕਿ ਜਿਵੇਂ ਕਿਸੇ ਕਾਂ ਨੂੰ ਤੁਸੀਂ ਕਹਿ ਦਿਓ ਕਿ ਜੀ ਉਹ ਚਿੱਟਾ, ਜਾਂ ਕਿਸੇ ਜਿਵੇਂ ਤੁਸੀਂ ਗਧੇ ਨੂੰ ਊਂਠ ਕਹਿ ਦਿਓ, ਏਡਾ ਵੱਡਾ ਝੂਠ ਹੈ। ਹੁਣ ਗੱਲ ਕਰੀਏ ਕਿ 52 ਕਵੀ, ਮੈਨੂੰ ਬਹੁਤ ਅੱਛਾ ਲੱਗਾ ਕਿ ਗੁਰੂ ਗੋਬਿੰਦ ਜੀ 52 ਕਵੀ ਰੱਖਦੇ ਸੀ, ਉਹਨਾਂ ਦੇ ਕੋਲੋਂ ਸੁਣਦੇ ਰਹਿੰਦੇ ਸੀ, ਅਤੇ ਕਵੀਆਂ ਦਾ ਇਮਤਿਹਾਨ ਲਿਆ ਗਿਆ ਤਾਂ ਕਿ ਉਹ ਕਿਆ ਉਹਨਾਂ ਦੀ ਜੜ੍ਹ ਅੰਦਰ ਹੈ ਜਾਂ ਉਹ ਬਾਹਰੋਂ ਨੇ। ਅਤੇ ਚੰਦਨ ਕਵੀ ਦਾ ਇਹਨਾਂ ਨੇ ਇੱਕ ਵਾਕਿਆ ਸੁਣਾਇਆ। ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਬਹੁਤ ਬਰੀਕੀ ਨਾਲ ਸੁਣਨਾ ਪੈਂਦਾ ਦੋਸਤੋ, ਬਹੁਤ ਹੀ ਗੌਰ ਦੇ ਨਾਲ ਸੁਣਨਾ ਪੈਂਦਾ। ਮੈਂ ਸੁਣ ਰਿਹਾ ਸੀ ਕਿ ਉਹ ਜਿਹੜੀ ਚੀਜ਼ ਦਾ ਹਵਾਲਾ ਦਿੰਦੇ ਨੇ ਦੋਸਤੋ, ਉਹ ਚਾਹੇ ਉਹ ਇਰਾਨ ਦੀ ਹੈ, ਚਾਹੇ ਇਰਾਕ ਦੀ, ਚਾਹੇ ਬਗਦਾਦ ਦੀ, ਚਾਹੇ ਪਾਕਿਸਤਾਨ, ਇੰਡੀਆ, ਨੇਪਾਲ, ਫਿਲਪਾਈਨ, ਜਿੱਥੋਂ ਦੀ ਵੀ ਕੋਈ ਗੱਲ ਹੋਵੇ, ਉਹ ਉਸ ਜ਼ਬਾਨ ਨੂੰ ਵੀ ਜਾਣਦੇ ਨੇ, ਉਸ ਜ਼ਬਾਨ 'ਤੇ ਅਬੂਰ ਵੀ ਹੈ। ਅਤੇ ਦੋਸਤੋ ਇਹ ਕਥਾ ਬਹੁਤ ਜ਼ਿਆਦਾ ਪਿਆਰੀ ਸੀ, ਯਕੀਨ ਕਰੋ। ਅਗਰ ਇਹਦਾ ਦੂਸਰਾ ਪਾਰਟ ਹੋਵੇ ਤੁਸੀਂ ਜ਼ਰੂਰ ਸੈਂਡ ਕਰਿਆ ਜੇ, ਜ਼ਰੂਰ ਮੇਰੇ ਵਟਸਐਪ ਨੰਬਰ 'ਤੇ ਸ਼ੇਅਰ ਕਰਿਆ ਜੇ। ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਦੋਸਤੋ ਇੱਕ ਸਵਾਲ ਤੁਹਾਡੇ ਕੋਲ ਪੁੱਛਾਂਗਾ ਕਿ ਕਿਆ ਕਲਾ ਜ਼ਿਆਦਾ ਹੋਣ ਦੇ ਨਾਲ ਕੋਈ ਮੋਤਬਰ ਜਾਂ ਕੋਈ ਬੜਾ ਹੋ ਜਾਂਦਾ ਜਾਂ ਨਹੀਂ ਹੁੰਦਾ? ਜਿਵੇਂ ਉਹਨਾਂ ਨੇ ਆਖਿਆ ਕਿ ਜੀ 16 ਕਲਾ ਸੀ ਕ੍ਰਿਸ਼ਨ ਕੋਲ ਅਤੇ 14 ਕਲਾ ਸੀ ਰਾਮ ਕੋਲੋਂ, ਕਿਆ ਉਹ ਛੋਟਾ ਜਾਂ ਬੜਾ ਉਤਾਰ ਇਸ ਤਰ੍ਹਾਂ ਹੋ ਸਕਦਾ? ਕਿਆ ਕਲਾ ਦੀ ਬੇਸ 'ਤੇ ਆਪਾਂ ਕਿਸੇ ਨੂੰ ਵੱਡਾ ਛੋਟਾ ਕਰ ਸਕਦੇ ਹਾਂ? ਜਿਵੇਂ ਇਹਨਾਂ ਨੇ ਕਿਹਾ ਕਿ ਬਾਬਾ ਗੁਰੂ ਨਾਨਕ ਜੀ ਕੋਲ ਬਹੁਤ ਸਾਰੀਆਂ ਕਲਾ ਸੀ। ਅਤੇ ਕਲਾ ਦੋਸਤੋ ਜ਼ਰੂਰੀ ਨਹੀਂ ਹੈ ਕਿ ਸਰੀਰਕ ਤੌਰ 'ਤੇ ਹੋਵੇ, ਕਲਾ ਅਖਲਾਕੀ ਤੌਰ 'ਤੇ ਵੀ ਹੋ ਸਕਦੀ ਹੈ। ਕਈ ਵਾਰੀ ਬੰਦਾ ਇੰਨਾ ਮਿੱਠਾ ਬੋਲ ਬੋਲਦਾ ਕਿ ਅਗਲੇ ਬੰਦੇ ਦੇ ਹਿਰਦੇ 'ਤੇ ਇੱਕ ਪੌਦਾ ਪੈਦਾ ਹੋ ਜਾਂਦਾ, ਉਹਦਾ ਹਿਰਦਾ ਨਰਮ ਹੋ ਜਾਂਦਾ। ਕਈ ਵਾਰੀ ਬੰਦਾ ਇਤਨਾ ਪਿਆਰਾ ਬੋਲ ਬੋਲਦਾ ਕਿ ਕੋਈ ਦੋ ਬੰਦੇ ਲੜੇ ਹੋਣ ਅਤੇ ਉਹਨਾਂ 'ਚ ਸੁਲਾਹ ਹੋ ਜਾਂਦੀ, ਮੀਆਂ ਬੀਵੀ 'ਚ ਸੁਲਾਹ ਹੋ ਜਾਂਦੀ, ਭੈਣ ਭਰਾ 'ਚ ਸੁਲਾਹ ਹੋ ਜਾਂਦੀ, ਭਰਾਵਾਂ 'ਚ ਸੁਲਾਹ ਕਰਵਾ ਦਿੰਦਾ। ਇਹ ਵੀ ਇੱਕ ਕਲਾ ਹੈ ਜੋ ਕਿ ਮੈਂ ਇਹ ਸਮਝਣਾ। ਬਾਕੀ ਦੋਸਤੋ ਤੁਸੀਂ ਜ਼ਰੂਰ ਦੱਸਿਆ ਜੇ ਕਿ ਕਲਾ ਜ਼ਿਆਦਾ ਹੋਣ ਦੇ ਨਾਲ ਕਿਆ ਕੋਈ ਬੜਾ ਛੋਟਾ ਹੋ ਸਕਦਾ, ਕਿਆ ਆਪਾਂ ਇਹਨੂੰ ਇੱਕ ਸਟੈਂਡਰਡ ਮੰਨ ਕੇ ਚੱਲ ਸਕਦੇ ਹਾਂ? ਜ਼ਰੂਰ ਦੱਸਿਆ ਜੇ। ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ, ਉਮੀਦ ਹੈ ਕਿ ਤੁਸੀਂ ਜ਼ਰੂਰ ਸੁਣੀ ਹੋਏਗੀ। ਦੋਸਤੋ ਜਲਦੀ ਜਲਦੀ 1,00,000 ਸਬਸਕ੍ਰਾਈਬਰ ਪੂਰਾ ਕਰਵਾ ਦਿਉ, ਕਿਉਂਕਿ ਬੜੇ ਸਾਲਾਂ ਤੋਂ ਦੋਸਤੋ ਕੰਮ ਕਰ ਰਿਹਾ, ਅਤੇ ਉਮੀਦ ਹੈ ਕਿ ਤੁਸੀਂ ਇਹ ਮੇਰੇ ਨਾਲ ਜ਼ਰੂਰ ਤਾਵਨ ਕਰੋਗੇ, ਮੇਰੇ ਨਾਲ ਜ਼ਰੂਰ ਇਹ ਤਾਵਨ ਕਰਕੇ ਅਤੇ ਦੋਸਤਾਂ ਨਾਲ ਸ਼ੇਅਰ ਕਰਕੇ, ਜਾਂ ਜਿਹੜੇ ਦੋਸਤ ਨਹੀਂ ਵੀ ਦੋਸਤੋ ਤੁਹਾਡੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਸੁਣਦੇ, ਉਹਨਾਂ ਨੂੰ ਕਹਿ ਕੇ ਚੈਨਲ ਨੂੰ ਸਬਸਕ੍ਰਾਈਬ ਕਰਵਾਓ। 14,000 ਸਬਸਕ੍ਰਾਈਬਰ ਰਹਿ ਗਿਆ, ਅਤੇ ਮੈਨੂੰ ਇਹ ਯਕੀਨ ਹੈ ਕਿ ਇਸ ਸਾਲ ਦੇ ਐਂਡ ਦੇ ਵਿੱਚ ਦਸੰਬਰ ਤੱਕ ਆਪਣੇ ਇਨਸ਼ਾਅੱਲਾ 1,00,000 ਸਬਸਕ੍ਰਾਈਬਰ ਪੂਰੇ ਹੋ ਜਾਣਗੇ। ਮਿਲਣਾ ਨਵੀਂ ਵੀਡੀਓ ਨਾਲ, ਆਪਣਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ। ਅੱਲਾਹ ਨਿਗੇਬਾ।